Very warm welcome to this online sermon from Emmanuel Church, Handsworth, Birmingham, UK. May you be blessed as you listen to the preaching of God's word. Quietly for 3 weeks. And listen to 3 sermons on the role of women. Din prachar sunde reh gaya aurtaan da ki kam hai ga zindagi vich prabhu de vich. And now it's our turn. ਸਾਡੀ ਵਾਰੀ ਆਈ ਆ ਸਿਸਟਰਸ ਯੂ ਕੈਨ ਲਿਸਨ ਕੁਆਇਟਲੀ ਭੈਣੋ ਚੁੱਪ ਕਰਕੇ ਸੁਣੋ ਇਫ ਯੂ ਆਰ ਅ ਸਿੰਗਲ ਲੇਡੀ ਜੇ ਤੁਸੀਂ ਅਕੇਲੀ ਭੈਣ ਹੈਗੀ ਆ ਹੋਪਫੁਲੀ ਦਿਸ ਵਿਲ ਹੈਲਪ ਯੂ ਟੂ ਥਿੰਕ ਅਬਾਊਟ ਦ ਟਾਈਪ ਆਫ ਮੈਨ ਦੈਟ ਯੂ ਵਾਂਟ ਟੂ ਮੈਰੀ ਔਰ ਸ਼ੁੱਡ ਮੈਰੀ ਤੁਹਾਡੀ ਮਦਦ ਹੋਊਗੀ ਇਸ ਗੱਲ ਨੂੰ ਦੇਖਣ ਦੇ ਕਿ ਤੁਹਾਨੂੰ ਕਿੱਦਾਂ ਦੇ ਆਦਮੀ ਦੇ ਨਾਲ ਵਿਆਹ ਕਰਾਉਣਾ ਹੈਗਾ ਇਹ ਚਾਹੀਦਾ ਸਿਸਟਰਸ ਲੈਟ ਮੀ ਇਨਕਰੇਜ ਯੂ ਨਾਟ ਟੂ ਗੋ ਹੋਮ ਭੈਣੋ ਘਰ ਜਾ ਕੇ ਐਂਡ ਟੈਲ ਯੂਰ ਹਸਬੈਂਡਸ ਆਫ ਆਪਣੇ ਆਦਮੀ ਨੂੰ ਝੜਕਿਓ ਨਾ ਵਿਚਾਰਿਆਂ ਨੂੰ ਸੇ ਟੂ ਹਿਮ ਦਿਸ ਇਜ਼ ਵਾਟ ਯੂ ਸ਼ੁੱਡ ਬੀ ਲਾਈਕ ਇਹ ਨਾ ਕਿਉਂਕਿ ਤੈਨੂੰ ਇਦਾਂ ਦਾ ਹੋਣਾ ਚਾਹੀਦਾ ਹੈਗਾ ਲਾਈਕ ਵੀ ਸੈਡ ਬਿਫੋਰ ਸਟਿਕ ਟੂ ਯੂਰ ਓਨ ਰੋਲ ਆਪਣਾ ਆਪਣਾ ਕੰਮ ਕਰੋ ਐਂਡ ਇਨਕਰੇਜ ਐਂਡ ਪ੍ਰੇ ਫਾਰ ਯੂਰ ਹਸਬੈਂਡ ਆਪਣੇ ਸਾਥੀ ਦੇ ਲਈ ਪ੍ਰਾਰਥਨਾ ਕਰੋ ਟੂ ਬੀ ਅ ਬਿਬਲਿਕਲੀ ਮਾਈਂਡਡ ਮੈਨ ਵਚਨ ਦੇ ਅਨੁਸਾਰ ਇਨਸਾਨ ਹੋਵੇ ਰਾਦਰ ਦੈਨ ਕੰਡੈਮ ਹਿਮ ਜਾਂ ਕਿਸੇ ਨੂੰ ਦੋਸ਼ ਦੇਣ ਦੇ ਬਜਾਏ ਐਂਡ ਦੈਨ ਆਲਸੋ ਮੈਨ ਵੀ ਆਰ ਟੂ ਡੂ ਦ ਸੇਮ ਵਿਦ ਆਰ ਵਾਈਵਸ ਐਸ ਵੈਲ ਆਦਮੀਆਂ ਨੂੰ ਵੀ ਇਹੀ ਕਰਨਾ ਚਾਹੀਦਾ ਆਪਣੀ ਤੀਵੀਆਂ ਦੇ ਨਾਲ ਸੋ ਇਫ ਯੂ ਹੇਅਰ ਫਾਰ ਦ ਫਰਸਟ ਟਾਈਮ ਜੇ ਪਹਿਲੀ ਦਫਾ ਆਏ ਤੁਸੀਂ ਵੀ ਬੀਨ ਵਰਕਿੰਗ ਥਰੂ ਦ ਬੁੱਕ ਆਫ ਟਾਈਟਸ ਇਨ ਦ ਨਿਊ ਟੈਸਟਮੈਂਟ ਟੀਤਸ ਦੀ ਕਿਤਾਬ ਦੇਖਦੇ ਆਏ ਹੈਗੇ ਆ ਐਂਡ ਵੀਵ ਕਮ ਟੂ ਟਾਈਟਸ ਚੈਪਟਰ 2 ਟੀਤਸ 2 ਤੇ ਆਏ ਹੈਗੇ ਆ ਵੇਅਰ ਇਟ ਟਾਕਸ ਅਬਾਊਟ ਰੋਲਸ ਐਂਡ ਵਾਟ ਪੀਪਲ ਸ਼ੁੱਡ ਬੀ ਲਾਈਕ ਇਫ ਦੇ ਟਰੂਲੀ ਨੋ ਗੋਡ ਜੇ ਪ੍ਰਭੂ ਨੂੰ ਜਾਣਦੇ ਹੈਗੇ ਆ ਤੁਸੀਂ ਤੇ ਤੁਹਾਡਾ ਅਹੁਦਾ ਤੁਹਾਡਾ ਕੰਮ ਕਿੱਦਾਂ ਦਾ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਵਾਟ ਮੈਨ ਸ਼ੁੱਡ ਬੀ ਲਾਈਕ ਵਾਟ ਵੁਮਨ ਸ਼ੁੱਡ ਬੀ ਲਾਈਕ ਵਾਟ ਯੰਗ ਪੀਪਲ ਸ਼ੁੱਡ ਬੀ ਲਾਈਕ ਬੰਦਿਆਂ ਨੂੰ ਕਿੱਦਾਂ ਹੋਣਾ ਚਾਹੀਦਾ ਥੀਮਨ ਕਿੱਦਾਂ ਹੋਣਾ ਚਾਹੀਦਾ ਲੋਕ ਸਾਨੂੰ ਕਿੱਦਾਂ ਹੋਣਾ ਚਾਹੀਦਾ ਵਾਟ ਸਰਵੈਂਟ ਸ਼ੁੱਡ ਬੀ ਲਾਈਕ ਵਾਟ ਸਿਟੀਜ਼ਨ ਸ਼ੁੱਡ ਬੀ ਲਾਈਕ ਨੌਕਰ ਨਾਗਰਿਕ ਕਿੱਦਾਂ ਦੇ ਹੋਣੇ ਚਾਹੀਦੇ ਆ And what we've done is we've taken that and we've expanded it and digressed a little bit and we've made it into a series about relationships and marriage and so on. ਇਸ ਨੂੰ ਲੈ ਕੇ ਅਸੀਂ ਥੋੜਾ ਖੁੱਲਾ ਦੇਖਿਆ ਗਿਆ ਹੁਣ ਅਸੀਂ ਇਹਦੇ ਬਾਰੇ ਵਿਆਹ ਸ਼ਾਦੀ ਬਾਰੇ ਵੀ ਦੇਖਿਆ ਹੈਗਾ So we looked at the role of wives from Ephesians 5. ਇਫਸੀਆਂ 5 ਦੇ ਵਿੱਚ ਅਸੀਂ ਭੈਣਾਂ ਦੇ ਬਾਰੇ ਦੇਖਦੇ ਆਏ ਹਾਂ ਔਰਤਾਂ ਬਾਰੇ And we said that if a wife is filled with the Holy Spirit ਜੇ ਔਰਤ ਪਰਮੇਸ਼ਰ ਆਤਮਾ ਦੇ ਨਾਲ ਭਰੀ ਹੋਈ ਭਰਪੂਰ ਹੈਗੀ ਆ ਹੈਵ ਦ ਫਰੂਟ ਆਫ ਦ ਹੋਲੀ ਸਪਿਰਿਟ ਜੇ ਪਰਮੇਸ਼ਰ ਦਾ ਫਲ ਉਹਦੇ ਅੰਦਰ ਹੈਗਾ ਦੇ ਵਿਲ ਦੇ ਵਿਲ ਬੀ ਅ ਚੇਂਜ ਇਨ ਅ ਕੈਰੈਕਟਰ ਉਹਦੀ ਜ਼ਿੰਦਗੀ ਵਿੱਚ ਬਦਲਾਅ ਹੋਗਾ ਸੁਭਾਅ ਦੇ ਵਿੱਚ ਵਾਟ ਸ਼ੀਲ ਬੀ ਲਾਈਕ ਇਫ ਸ਼ੀ ਰੀਲੀ ਨੋਸ ਗੋਡ ਜੇ ਪ੍ਰਭੂ ਨੂੰ ਜਾਣਦੀ ਹੈਗੀ ਔਰਤ ਤੇ ਤੁਹਾਨੂੰ ਕਿੱਦਾਂ ਦੀ ਉਹਨੂੰ ਹੋਣਾ ਚਾਹੀਦਾ ਹੈਗਾ ਅਸੀਂ ਦੇਖਿਆ ਵੀ ਸੈਡ ਦੈਟ ਸ਼ੀ ਵਿਲ ਸਬਮਿਟ ਐਂਡ ਰਿਸਪੈਕਟ ਹਰ ਹਸਬੰਡ ਆਪਣੇ ਆਦਮੀ ਦੀ ਇੱਜ਼ਤ ਕਰੂਗੀ ਉਹਦੇ ਅਧੀਨ ਹੋਊਗੀ ਐਂਡ ਰੈਕਗਨਾਈਜ਼ ਹਿਮ ਐਸ ਦ ਹੈਡ ਆਫ ਦ ਹੋਮ ਦੇਖੂਗੀ ਉਹ ਜਾਣੂਗੀ ਪਹਿਚਾਣੂਗੀ ਕਿ ਕੋ ਘਰ ਦਾ ਅਗਵਾ ਹੈਗਾ ਐਂਡ ਵੀ ਐਕਸਪਲੋਰਡ ਵਾਟ ਦੈਟ ਡਜ਼ਨਟ ਮੀਨ ਐਂਡ ਵਾਟ ਇਟ ਮੀਨਸ ਇਹਦਾ ਕੀ ਮਤਲਬ ਹੈਗਾ ਜਾਂ ਕੀ ਮਤਲਬ ਨਹੀਂ ਹੈਗਾ ਉਹ ਵੀ ਦੇਖਿਆ ਐਂਡ ਆਲਸੋ ਵੀ ਲੁੱਕ ਐਟ ਦ ਰੋਲ ਆਫ ਵਾਈਵਸ ਐਸ ਮਦਰਸ ਐਂਡ ਐਸ ਹੋਮ ਮੇਕਰਸ ਐਂਡ ਦੇਅਰ ਰੋਲਸ ਇਨ ਦ ਚਰਚ ਔਰਤਾਂ ਦੇ ਇੱਕ ਮਾਂ ਦੇ ਨਾਤੇ ਇੱਕ ਘਰ ਬਣਾਉਣ ਵਾਲੀ ਦੇ ਨਾਤੇ ਔਰ ਸਮਾਜਿਕ ਔਰਤਾਂ ਰੁਤਬਾ ਹੈਗਾ ਉਹ ਵੀ ਦੇਖਿਆ ਸੋ ਵਾਟ ਆਈ ਵਾਂਟ ਟੂ ਡੂ ਟੁਡੇ ਅੱਜ ਕੀ ਕਰਨਾ is look at the role of men as leaders in marriage aadmi jehde hai ge agwe vyah shadi de jehde hone chahide hai ode bare dekhange what I want to do is look at 3 things tin gallan dekhniyan firstly we'll see where the bible teaches this bible ki dasdi hai ki ya then we'll see what it actually means dusri gall dekha ode matlab ki hega and then we'll see what it looks like in practice ve haqeeqat de vich kidda lagda hega dekho nu under 4 points which I hope all men will remember ਚਾਰ ਗੱਲਾਂ ਹੈਗੀਆਂ ਜਿਹੜੀਆਂ ਹਮੇ ਚਾਹੁੰਦਾ ਕਿ ਹਰ ਭਰਾ ਚੇਤੇ ਰੱਖੂਗਾ ਉਹਨਾਂ ਗੱਲਾਂ ਫਰਸਟ ਆਫ ਆਲ ਪਹਿਲੀ ਗੱਲ ਬ੍ਰੀਫਲੀ ਵਾਟ ਡਸ ਦ ਬਾਈਬਲ ਵੇਅਰ ਡਸ ਦ ਬਾਈਬਲ ਟੀਚ ਦੈਟ ਮੈਨ ਆਰ ਟੂ ਬੀ ਲੀਡਰਸ ਨਾਓ ਵੀਵ ਲੁਕਡ ਐਟ ਦਿਸ ਆਲਰੇਡੀ ਆਈ ਡੋਨਟ ਵਾਂਟ ਟੂ ਗੋ ਓਵਰ ਦ ਹੋਲ ਥਿੰਗ ਬਾਈਬਲ ਕਿਤੇ ਦੱਸਦੀ ਹੈਗੀ ਕਿ ਆਦਮੀ ਨੂੰ ਅੱਗੇ ਹੋਣਾ ਚਾਹੀਦਾ ਬਹੁਤ ਵੱਡਾ ਵੱਡਾ ਦੇਸ਼ ਕਿ ਹੈਗੇ ਆ ਬਦਵਾਰਾਂ ਦੇਖਣਾ But I just want to touch on a few things very kuch, briefly. Kuch ਗੱਲਾਂ ਦੇਖਾਂਗੇ ਜਲਦੀ. So we're going to look at a few verses. Kuch ayatan dekhenge Bible khuliyan rakho. Just to kick us off. ਬਾਈਬਲ ਖੁੱਲੀਆਂ ਰੱਖੋ ਸੋ ਲੈਟਸ ਗੋ ਟੂ ਇਫੀਸ਼ੀਅਨਸ ਇਫਸੀਆਂ ਵੀ ਆਰ ਨਾਟ ਗੋਇੰ ਟੂ ਰੀਡ ਐਵਰੀ ਵਰਸ ਸਾਰੀ ਆਇਤਾਂ ਨਹੀਂ ਪੜਾਂਗੇ ਬਿਕਾਜ਼ ਇਟ ਵਿਲ ਟੇਕ ਅ ਲੌਂਗ ਟਾਈਮ ਬਹੁਤ ਸਮਾਂ ਲੱਗੂ ਇਫੀਸ਼ੀਅਨਸ 5 ਵਰਸ 22 ਟੂ 24 ਦੈਟਸ ਦ ਰੋਲ ਆਫ ਔਮਨ ਇਫਸੀਆਂ 5 26 ਵਿੱਚ ਔਰਤਾਂ ਕੰਮ ਹੈਗਾ ਐਂਡ ਇਟ ਟੈਲਸ ਦੈਟ ਵਾਈਵਸ ਸ਼ੁੱਡ ਸਬਮਿਟ ਟੂ ਦੇਅਰ ਹਸਬੰਡਸ ਔਰਤਾਂ ਪਤੀ ਦੇ ਅਧੀਨ ਹੋਣ ਬਿਕਾਜ਼ ਇਨ ਵਰਸ 23 ਦੇ ਯਾਤ ਇਟ ਸੇਜ਼ ਦੇਅਰ ਕੀ ਲਿਖਿਆ ਦੈਟ ਦੈਟ ਫॉर ਦ ਹਸਬੰਡ ਇਜ਼ ਹੈਡ ਆਫ ਦ ਵਾਈਫ ਕਿਉਂਕਿ ਸ਼ੋਹਰ ਬੀਵੀ ਦਾ ਸਰ ਹੈ So the husband is the leader in the marriage. Aadmi vyah shadi vich agwa hai ga. We saw from Genesis chapter 1 verse 27. Utpatti ek sthai vich dekhya. The men and women are equal. Aadmi aurat barabar a. But we saw that Adam was created first. Par Aadmi nu pehla banaya gaya. Now this is significant. Eh aham gal hai ki. It's not just coincidental. Ittefaq nahi ho gaya, aim nahi ho gaya. It's deliberate. Jaan boojh ke hoya. And we saw from 1 Corinthians, this is the reading that we had. Jo asi ayat padhiya pehla Corinthians.
chapter 11, verse 3 through to 12. 11 chapter 10 to 12 tak. In verse 3 it says this. But I want you to know that the head of every man is Christ, the head of woman is man, and the head of Christ is God. This is really important. This is saying Father, Son, and Holy Spirit are all equally God, we Baap, know that. Baap, beta, rool kadas, tinni, rab hai gaya, ikko hi ya. But even in the Godhead, there is order. But Prabhu trai de vich vi ik ohda hai ga. Right at the apex of all things. Sariyan cheezan di choti te pahunchiye ta. In God's being. Parmeshwar, pita parmeshwar de vajood de vich. There is an order in ek, the way things happen. Ek tarika hai ga jidda kam sunda sara tritiv hai gaya. God the Father is first. सब तो पहला परमेश्वर पिता and he's the one who sends the son who submits to him ओहो पुत्र नु भेजदा पुत्र जेड़ा ओदे अधीन होया and then he dies on the cross प्रभु यीशु मसीह स्लीप ते मर गया पुत्र स्लीप ते मर गया the son sent the holy spirit फिर बाप और बेटे ने परमेश्वर रूह कदस नु भेजा can you see this देखिया this is in the godhead इट्स प्रभु त्रयी दे विच हैगा likewise what Paul is saying here the men and women are equal prabhu keh rahe ki aadmi aur ik barabar aa but there is an order par ode vich vi ik ohda hega and he goes on to say in verse 8 8th he says this ki likha for man is not from woman but woman from man isliye ki mard aurat se nahi balki aurat mard se hai so what he's saying is the man was created first sab to pehla aadmi mard banaya gaya And the woman came from him. औरत उसके विचों बनाई गई. So this is saying that men are called to be leaders. There's an order in the home. घर दे विच भी कि उर्दूरत पाएगा आदमी ने कहा गया कि तुसी ही घर दे मोरी हैं. In 1 Timothy chapter 2 verse 13. पहले तिमोथियस 1:13 विच. We saw there that that if you want to be a leader in the home, in the church, you need to manage your home well. You need to be a good leader in the home. ਜੇ ਤੁਸੀਂ ਮੰਡਲੀ ਵਿੱਚ ਜੇ ਤੁਸੀਂ ਅਗਵੇ ਬਣਨਾ ਚਾਹੁੰਦੇ ਆ ਮੋਰੀ ਬਣਨਾ ਚਾਹੁੰਦੇ ਆ ਫਿਰ ਆਪਣੇ ਘਰ ਵਿੱਚ ਬਣ ਕੇ ਦਿਖਾਓ. Men who are called to lead in the home and men who are called to lead in the church. ਬੰਦਿਆਂ ਨੂੰ ਕਿਹਾ ਗਿਆ ਘਰ ਵਿੱਚ ਮੁਖੀਏ ਬਣਨਾ ਬੰਦਿਆਂ ਨੂੰ ਕਿਹਾ ਗਿਆ ਮੰਡਲੀ ਵਿੱਚ ਮੁਖੀਏ ਬਣਨਾ. We saw this in Titus as well. ਤੀਤਸ ਦੇਖਿਆ ਸੀਗਾ. This is really interesting. ਅਜੀਬ ਗੱਲ ਆ. Turn with me to Genesis chapter 3. Genesis chapter 3. ਉਤਪਤੀ 3 ਦੇਖੋ. Genesis chapter 3 verse 1 most of us you know the bible are familiar with this ਜਿਹੜੇ ਜਾਣਦੇ ਬਾਈਬਲ ਨੂੰ ਸਾਨੂੰ ਪਤਾ ਉਤਪਤੀ 3 ਦੇ ਕੀ ਲਿਖਿਆ we know that satan in the form of a serpent comes to eve ਸ਼ੈਤਾਨ ਸੱਪ ਦੇ ਰੂਪ ਵਿੱਚ ਹਵਾ ਕੋ ਆਇਆ he attacks the creative order ਜੋ ਸ੍ਰਿਸ਼ਟੀ ਹੈਗੀ ਆ ਜੋ ਕਾਇਨਾਤ ਹੈਗਾ ਉੱਤੇ ਹਮਲਾ ਕਰਦਾ he tempts eve ਹਵਾ ਨੂੰ ਕਹਿੰਦਾ ਅਜ਼ਮਾਉਂਦਾ Chapter 3 verse 6 tells us that Eve took the fruit, the forbidden fruit and ate of it. This is the tree of good and evil. Hawa ne acche bure di pehchan da phal leya aur khada. She ate and she gave it to her husband. Aapne khada na aadmi nu ditta khan nu. She sinned first. Sab to pehla Hawa ne paap kita. But when God comes walking in the cool of the day in the garden of Eden. ਪਰਮੇਸ਼ਰ ਜਦੋਂ ਬਾਗੀ ਅਦਾ ਦੀ ਸ਼ਾਮ ਦੇ ਵੇਲੇ ਠੰਡ ਦੇ ਠੰਡੀ ਮੌਸਮ ਦੇ ਜਦੋਂ ਆਉਂਦਾ ਆਇਆ ਹਵਾ ਦੇ ਚ Who did he call out for? ਕਿਹਨੂੰ ਬੁਲਾਉਂਦਾ? Eve sinned first. ਪਾਪ ਤਾਂ ਪਹਿਲਾਂ ਹਵਾ ਨੇ ਕੀਤਾ ਸੀਗਾ, ਔਰਤ ਨੇ ਕੀਤਾ ਸੀਗਾ। Who did he call out for? ਉਹਨੇ ਕਿਹਨੂੰ ਪੁਕਾਰਿਆ? Adam. Adam. Chapter 3 verse 9. Then no. Adam, where are you? तब खुदावंद ने कहा कि आदम तू कहां है? क्यों? She initiated the sin. पाप ते औरत ने शुरू किया। But God calls out to Adam. परमेश्वर आदम नु क्या? And holds him accountable. ओदे कोने साब लिया उन्हें? For their joint sins. For their joint sins. ਉਹਨਾਂ ਦੇ ਦੋਨਾਂ ਨੇ ਜਿਹੜਾ ਪਾਪ ਕੀਤਾ ਰਲ ਕੇ Because Adam is the head of the marriage. Adam us shaadi da mukhiya siga, mori siga. And whenever the Bible speaks about the fall of man. Jadon Bible gal kardi hai Adam de digan de bare. It's interesting it always blames Adam. Hamesha itihas hi kehnda ke Adam digya. Romans chapter 5 verse 19. Romia vich likhya hai ga. For by one man's disobedience many were made sinners. Ek aadmi di nafarmani karke naagekari karke sare loki jehde hage ho hisab ke dege. One man's disobedience is talking about Adam. Ek aadmi di anagyakari kaun hai ga Adam. She sinned first. Hawa ne ta paap kita pehla. But Adam is the head.
हवा ने पाप किया पर आदम का आदम हो रही है अगवे जिम्मेवार है गया जिम्मेदार है गया जब कोई गल बिगड़ जाती है Whenever a football team does badly, जदों कदे फुटबॉल टीम कदे माड़ा खेलदी आ, players aren't playing properly, अच्छी तरह खेलदे नहीं हैगे, who gets the sack? छुट्टी कदे की मिल हुंदी पहले सब तो पहले, it's not them, उन्हें नहीं छुट्टी, उन्हें नहीं छुट्टी करदे, it's the manager, जे मैनेजर होंदा, जे मैनेजर होंदा, उदी पहले छुट्टी करदे आ, if Tesco or Asda are not doing well, who gets the sack? Tesco, Tesco, Asda जी चंगा नफा नहीं कमा रहे हैं, कि छुट्टी मिल दिया? CEO, because he runs the company. ये मोरी है कि बॉस है कि उन्हें नहीं छुट्टी मिलती क्योंकि कंपनी चंगी तरह चला नहीं रहे. When Adam and Eve fell, आदम हवा जद डिगे Who gets the blame? It's Adam because he is the leader. कैदी छुट्टी होगी आदम दी क्योंकि ओह हैगा अगवा उन्हों पूछा रब ने. And men, बंदियों, I speak to myself as well. अच्छा अपने आप भी गल कर रहे हैं. Let this be a warning to us. खबरदार रहो होशियार रहो गल सुन के. If things go wrong in our families, जे थोड़े कार्य दे विच कोई बिगड़े होया हैगा. If things are not functioning properly, जे थोड़ा कार्य सही तरह नहीं चल रहा हैगा. If children are not brought up properly and they're going astray, जे थोड़े बच्चे गुमराह हो गए के सही नहीं चल दिया गए. If the wife is engaging in wrong things, जे तीमी थोड़े गलत काम कर दी हैगी यार. As the leader of the home, घर दा अगुआ हों दे नाते. You and I are accountable to God for our family. ਤੁਸੀਂ ਹੈਗੇ ਆ ਜ਼ਿੰਮੇਵਾਰ ਜਵਾਬ ਦੇ ਰੱਬ ਦੇ ਅੱਗੇ ਆਪਣੇ ਘਰ ਦੇ ਲਈ. One day we're going to stand before God. ਇੱਕ ਦਿਨ ਜਦੋਂ ਰੱਬ ਦੇ ਮੂਹਰੇ ਖੜੇ ਹੋਣਾ. We will have to give an account. ਹਿਸਾਬ ਦੇਣਾ ਅਸੀਂ ਰੱਬ ਦੇ ਅੱਗੇ. Leadership in the home. ਘਰ ਦੇ ਜਿਹੜੇ ਸੀ ਅਗਵੇ ਸੀਗੇ ਨਾ ਉਹਦਾ ਜਵਾਬ ਦੇਣਾ ਅਸੀਂ. So firstly, ਪਹਿਲੀ ਗੱਲ men are called to be leaders. ਬੰਦੇ ਨੂੰ ਕਿਹਾ ਗਿਆ ਕਿ ਅਗਵੇ ਬਣੋ. Secondly then, ਦੂਸਰੀ ਗੱਲ What does it mean to be a leader? मतलब क्या है अगवे बनता? Now, in the world we're living, there is a war against biblical manhood. इस दुनिया के बच्चे जिथे सी रहने हैं इतने जंग लगी है कि या उस गल के खिलाफ के आदमी दी मर्दानगी बारे. Especially biblical leadership. बाइबल के अनुसार अगवे बनने के लिए लड़ाई लगी हुई है. Because they say biblical leadership or leadership is demeaning to women. वो कहते कि जेडे अगवे अगवा पंज रहेगा औरतों के लिए बेकदरी की गल. The irony is this. गल हैगी आ. They have no problem in leadership in every other sphere of life. बाकी होर जिंदगी के पहलू विच कोई भी अगवा बने उन्हें कोई फर्क नहीं पैंदा. There's a company. कंपनी हैगी है. It has a leader, a CEO, no problem. कंपनी दी तीमी औरत हैगी है जेडी की चलाउंदी बड़ी कंपनी नु कोई गल नहीं. You have managers at work. मैनेजर हैगे काम ते. No problem. तीमी है कोई गल नहीं. You have a city, you have a constituency, you have an MP. No problem. शहर हैगा रुतबा कस्बा हैगा एमपी हैगी है मंत्री हैगी है. You have a country. मुल्क हैगा. You have a president or a prime minister. No problem. President हैगा prime minister हैगा कोई गल नहीं. We know that organizations work best and function efficiently when there is leadership. Megme tadi chalde hai ki hai sahi tarike naal jadon koi agwa hove koi oda mori hove. Leadership and submission. Mori hove aur niyam hove. But you can't do it here. You can't do it in marriage. Vyah shadi ch nahi da ho sakda ga. Na. That's what the world says. Duniya kehndi hai nahi ho sakda. Because there are no defined gender roles. Kyunki nahi likha hai ki aadmi ne ki karna teevi ne ki karna oh kehnde aa. Can you see the contradiction here? Dekhe the log ki doriyan gallan karde aa. God knows that marriages function efficiently and best. Parmeshwar nu pata एक ब्याह शादी कदों सही तरीके नाल अच्छी तरह चलती हैगी आ. there is order in the marriage and structure in the marriage. ब्याह शादी विच एक ओहदा होवे एक तरीका होवे एक तरीके नाल चलती होवे तां. And I think a lot of marriages are a mess because men do not take their responsibility seriously in leadership. बहुत सारीयां ब्याह शादियां क्यों खराब हैगी टूटियां हैगी क्योंकि आदमी अपने घर के बच्चे अपनी जिम्मेवारी नु सही तरीके नाल नहीं निभा रहे हैं. Generally speaking, men make one of two mistakes. आम तौर ते बंदे एक दो गलती करते हैं. They're like drunk men sitting on a horse. ਇਹ ਤਾਂ ਲੱਗਦਾ ਕਿ ਇਹ ਤਾਂ ਦੋ ਸ਼ਰਾਬੀ ਬੈਠੇ ਹੁੰਦੇ ਕੰਧ ਤੇ. And they either fall on this side or they fall on that side. ਕੰਧ ਤੋਂ ਜਾਂ ਤਾਂ ਇਸ ਪਿੱਛੇ ਨੂੰ ਡਿੱਗੂਗੇ ਜਾਂ ਅੱਗੇ ਨੂੰ ਡਿੱਗੂਗੇ. Either they will see leadership in this way. ਇਸ ਤਰ੍ਹਾਂ ਦੇਖਦੇ ਅਗਵਾਪਨ. It's like it's being a bully.
ਜਿੱਦਾਂ ਕਿ ਇੱਕ ਇੱਕ ਜਿੱਦਾਂ ਕਿਸੇ ਨੂੰ ਤੰਗ ਕਰਨ ਵਾਲਾ I'm the leader in the home. ਮੈਂ ਘਰ 'ਚ ਮੋਰੀ ਹੈਗਾ You do what I say. ਜੋ ਮੈਂ ਕਹੂੰਗਾ ਤੂੰ ਕਰੂੰਗੀ And they can be verbally abusive. ਗਾਲਾਂ ਵੀ ਕੱਢਦੇ ਹੋਗੇ Even sometimes violent. ਉਹ ਸਦਾ ਹਤਮਤਾਈ ਵੀ ਹੁੰਦੀ ਹੋਗੀ They do not treat their wives with honor and respect. ਉਹ ਔਰਤਾਂ ਨੂੰ ਇੱਜ਼ਤ ਨਾਲ ਆਬਰੂ ਨਾਲ ਨਹੀਂ ਰੱਖਦੇ ਹੈਗੇ And dignity as co-heirs. ਇਸ ਤਰ੍ਹਾਂ ਨਹੀਂ ਉਹਨਾਂ ਨੂੰ ਸਮਝਦੇ ਹੈਗੇ ਕਿ ਮੇਰੀ ਸਾਥੀ ਹੈਗੀ ਆ ਉਹਦੇ ਨਾਲ ਗਲਤ ਸਲੂਕ ਕਰਦੇ ਆ And a lot of men are embracing this. ਬਹੁਤ ਸਾਰੇ ਆਦਮੀ ਇਸ ਗੱਲ ਨੂੰ ਅਪਣਾ ਰਹੇ ਆ A lot of young men. ਜਵਾਨ ਆਦਮੀ You want to be macho. ਉਹ ਚਾਹੁੰਦੇ ਸੀ ਆਪਣੀ ਮਰਦਾਨਗੀ ਕਰੇ ਮੁੱਛ ਵੀ ਸਟਾਰਟ ਹਾਊ ਮਨੀ ਔਮਨ ਕੈਨ ਯੂ ਕੰਕਰ ਅਸੀਂ ਮੁੱਛਾਂ ਨੂੰ ਵੱਟਦੇ ਹੀ ਅਸੀਂ ਕਿੰਨੀ ਔਰਤਾਂ ਤੇ ਅਸੀਂ ਕਾਬੂ ਕਰ ਸਕਦੇ ਹੈਗੇ ਆ ਸੋ ਮਨੀ ਯੰਗ ਪੀਪਲ ਆਰ ਫੋਲੋਇੰਗ ਪੀਪਲ ਲਾਈਕ ਐਂਡਰੂ ਟੇਟ ਔਨ ਦੀ ਇੰਟਰਨੈਟ ਬਹੁਤ ਸਾਰੇ ਲੋਕ ਜਿਹੜੇ ਹੈਗੇ ਆ ਜਿਹੜੇ ਇੰਟਰਨੈਟ ਤੇ ਜਿਹੜੇ ਲੋਕ ਹੈਗੇ ਜਿਹੜੇ ਗਲਤ ਸਲਾਹ ਦਿੰਦੇ ਆ ਉਹਨਾਂ ਦੇ ਮਗਰ ਭੀੜ ਦੀ ਭੀੜ ਚੱਲੀ ਹੋਈ ਹੈਗੀ ਆ ਐਂਡ ਦੇ ਥਿੰਕ ਦੈਟ ਇਜ਼ ਮੈਨਹੂਡ ਉਹ ਸੋਚਦੇ ਕਿ ਇਹ ਮਰਦਾਨਗੀ ਹੈਗੀ ਆ ਰੋਬ ਜਮਾਉਣਾ ਕਿਸੇ ਦੇ ਦਿਸ ਇਜ਼ ਸਿਨਫੁਲ ਇਟ ਇਜ਼ ਅਗਲੀ ਇਟ ਇਜ਼ ਰੋਂਗ ਇਹ ਪਾਪ ਆ ਇਹ ਗਲਤ ਆ ਇਹ ਬੁਰਾ ਹੈਗਾ ਯੂਅਰ ਅ ਵੀਕ ਕੈਰੈਕਟਰ ਇਫ ਦੈਟਸ ਦ ਵੇ ਯੂ ਬਿਹੇਵ ਜੇ ਤੁਸੀਂ ਇਸ ਤਰ੍ਹਾਂ ਚੱਲਦੇ ਨਾ ਕਰਦੇ ਤੇ ਤੁਸੀਂ ਇੱਕ ਬਹੁਤ ਕਮਜ਼ੋਰ ਇਨਸਾਨ ਆ ਐਂਡ ਯੂ ਹੈਵ ਨੋ ਕੰਟਰੋਲ ਓਵਰ ਯੋਰਸੈਲਫ ਆਪਣੇ ਆਪ ਤੇ ਤੁਹਾਡਾ ਕੋਈ ਕਾਬੂ ਨਹੀਂ ਰਿਹਾ ਦੈਟ ਇਜ਼ ਨੋਟ ਮੈਨਹੂਡ ਇਹ ਮਰਦਾਨਗੀ ਨਹੀਂ ਹੁੰਦੀ The other mistake men make ਇੱਕ ਹੋਰ ਗਲਤੀ ਆਦਮੀ ਕੀ ਕਰਦੇ ਆ ਇਸ ਟੂ ਗੋ ਟੂ ਦੀ ਅਦਰ ਐਕਸਟ੍ਰੀਮ ਦੂਸਰੀ ਹੱਦ ਤੱਕ ਪਹੁੰਚ ਜਾਂਦੇ ਆ ਐਂਡ ਦੇ ਅਵੋਇਡ ਲੀਡਰਸ਼ਿਪ ਦੇ ਅਵੋਇਡ ਰਿਸਪੌਂਸਿਬਿਲਿਟੀ ਉਹ ਕੋਈ ਜ਼ਿੰਮੇਵਾਰੀ ਲੈਂਦੇ ਨਹੀਂ ਸਰ ਤੇ ਦੇ ਲੇਜ਼ੀ ਆਲਸੀ ਆ ਦੇ ਡੂ ਨਾਟ ਵਾਂਟ ਟੂ ਟੇਕ ਔਨ ਦੇ ਗੋਡ ਗਿਵਨ ਰਿਸਪੌਂਸਿਬਿਲਿਟੀ ਪ੍ਰਭੂ ਨੇ ਉਹਨਾਂ ਨੂੰ ਜਿਹੜਾ ਕੰਮ ਦਿੱਤਾ ਹੈਗਾ ਕਰਨ ਨੂੰ ਉਹ ਨਹੀਂ ਕਰਦੇ ਹੈਗੇ ਆਲ ਦੇ ਵਾਂਟ ਇਜ਼ ਐਨ ਈਜ਼ੀ ਲਾਈਫ ਆਰਾਮ ਦੀ ਜ਼ਿੰਦਗੀ ਚਾਹੁੰਦੇ ਆ ਨੋ ਸਟ੍ਰੈਸ ਕੋਈ ਤਣਾਅ ਨਹੀਂ ਦੇ ਹੈਵ ਨੋ ਬੈਕਬੋਨ ਕੋਈ ਰੀੜ੍ਹ ਦੀ ਹੱਡੀ ਨਹੀਂ ਹੈਗੀ ਉਹਨਾਂ ਦੀ You're a weakling. ਕਮਜ਼ੋਰ ਹੈਗੇ ਆ I don't want to know. ਜੋ ਹੁੰਦਾ ਹੋਈ ਜਾਂਦਾ ਮੈਂ ਕੀ ਕਰਾਂ Another side to this is ਇੱਕ ਉਹਦਾ ਹੋਰ again this is very popular. ਇੱਕ ਹੋਰ ਇਹਦਾ ਪਹਿਲੂ ਹੈਗਾ The culture that we live in. ਜਿਸ ਸਮਾਜ ਵਿੱਚ ਅਸੀਂ ਰਹਿੰਦੇ ਆ is being a metrosexual man. ਉਸ ਨੂੰ Okay, I'm going to explain now. ਇਦਾਂ ਦਾ ਆਦਮੀ ਬਣਨਾ ਜਿਹੜਾ ਮੈਨੂੰ ਪਤਾ ਨਹੀਂ ਹੈਗਾ A metrosexual man is someone who enjoys things that women may enjoy. Like grooming plucking your eyebrows and shaping them ਉਹਨਾਂ ਦੇ ਬੰਦੇ ਹੈਗੇ ਜਿਹੜੇ ਕਿ ਔਰਤਾਂ ਵਾਲੇ ਕੰਮ ਪਸੰਦ ਕਰਦੇ ਆ ਪਰ ਕਹਿੰਦੇ ਅਸੀਂ ਆਪਣੇ ਕਿ ਬੰਦੇ ਹੈਗੇ ਆਪਣੀ ਬਿਊਟੀ ਟ੍ਰੀਟਮੈਂਟ ਕਰਾਉਣ ਜਾਂਦੇ ਬੰਦੇ ਫੈਸ਼ਨ ਕਰਦੇ ਆਪਣੇ ਨੋਹ ਬਣਾ ਲਏ ਹੱਥ ਬਣਾ ਲਏ ਮੂੰਹ ਬਣਾ ਲਿਆ ਸਿਰ ਬਣਾ ਲਿਆ ਬਹੁਤ ਲੋਕੀ ਇਸ ਗੱਲ ਨੂੰ ਪਸੰਦ ਕਰਦੇ ਆ The most famous metrosexual man I can think of is David Beckham. David Beckham ਜਿਹੜਾ ਫੁੱਟਬਾਲ ਹੈਗਾ ਹੈਗਾ ਇਦਾਂ ਦਾ Okay, he's not a homosexual, but he's a metrosexual man. Oh, ਅਦਰਸ ਕਹਤਾ ਨਹੀਂ ਹੈਗਾ ਪਰ ਉਹ ਹੈਗਾ ਬੰਦਾ ਪਰ ਟੀਮ ਵਾਲੇ ਕੰਮ ਕਰਦਾ So, you ask yourself, what is biblical manhood? ਬਾਈਬਲ ਕੀ ਕਹਿੰਦੀ ਹੈ ਇਹਨਾਂ ਬਾਰੇ ਇਹਨਾਂ ਲੋਕਾਂ ਬਾਰੇ Avoid these two extremes. ਨਾ ਇਸ ਪਾਸੇ ਐਸੀ ਹੈਗੀ ਨਾ ਅਸੀਂ ਉਸ ਪਾਸੇ ਹੈਗੇ ਆ Don't be a bully. ਨਾ ਤੁਸੀਂ ਸਤਾਉਣ ਵਾਲੇ ਬਣੋ Don't be feminine. Don't be girly. ਨਾ ਤੁਸੀਂ ਬਿਲਕੁਲ ਔਰਤਾਂ ਵਾਲੇ ਕੰਮ ਕਰੋ ਬੰਦੇ ਹੋ But I would define it like this. ਇਸ ਤਰ੍ਹਾਂ ਸਮਝਾਵਾਂਗੇ ਤੁਹਾਨੂੰ And this is how John Piper defines. John Piper ਪ੍ਰਭੂ ਦਾ ਸੇਵਕ ਕਿਦਾਂ ਦੱਸਦਾ? A biblical man ਬਾਈਬਲ ਦੇ ਅਨੁਸਾਰ ਬੰਦਾ has a humble Christ-like attitude to bear responsibility for his wife and children. ਬਾਈਬਲ ਦੇ ਅਨੁਸਾਰ ਬੰਦਾ ਉਹ ਹੈਗਾ ਜਿਹੜਾ ਕਿ ਆਪਣੇ ਆਦਮੀ ਦੀ ਸੋਰੀ ਆਪਣੀ ਤੀਵੀਂ ਦੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈਂਦਾ ਹੈਗਾ ਮਸੀਹ ਦੀ ਅਧੀਨਤਾ ਵਰਗਾ ਸੁਭਾਅ ਰੱਖ ਕੇ ਅਧੀਨਤਾ ਮਸੀਹਪਨ ਔਰ ਨਿਯਮਾਪਨ That's what we should be as men. Bande ho ke edan de sanu hona chahida. And if that is done properly, it's a burden. Je sahi tarah kite aave na te ek bojh ban janda sade layi. You sometimes carry. Asi oh bojh chuke God. Prabhu de ke asi bojh leke aunde ha. And there are times when you will weep before God. Kele bas rab de kya ke ronge vi apne bojh leke. Because you feel the weight of that responsibility for your wife. ਤੁਸੀਂ ਆਪਣੀ ਪਤਨੀ ਦੇ ਲਈ ਆਪਣੇ ਬੱਚਿਆਂ ਦੇ ਲਈ ਤੁਸੀਂ ਉਹ ਬੋਝ ਨੂੰ ਲੈ ਕੇ ਜੇ ਪ੍ਰਭੂ ਦੇ ਆਉਂਗੇ ਅਸੀਂ ਰੋ ਕੇ ਪ੍ਰਾਰਥਨਾ ਕਰੂੰਗੇ ਕਿ ਆਪਣਾ ਬੋਝ ਲੈ ਕੇ ਆਉਂਗੇ ਪ੍ਰਭੂ This is what a biblical man is. ਇਦਾਂ ਦਾ ਹੁੰਦਾ ਹੈ ਬਾਈਬਲ ਦੇ ਅਨੁਸਾਰ ਇਨਸਾਨ A humble Christ-like attitude to bear responsibility for his wife and children. ਇੱਕ ਹਲੀਮ Keyword, responsibility. ਇੱਕ ਹਲੀਮ ਰੱਬ ਤੋਂ ਡਰਨ ਵਾਲਾ ਜ਼ਿੰਮੇਵਾਰ ਬੰਦਾ ਆਪਣੀ ਤੀਵੀਂ ਦੀ ਆਦਮੀ ਆਪਣੇ ਬੱਚਿਆਂ ਦੀ ਜ਼ਿੰਮੇਵਾਰੀ ਲੈ ਕੇ ਰੱਬ ਦੇ ਅੱਗੇ ਆਵੇ
ਜ਼ਿੰਮੇਵਾਰੀ ਲੈ ਕੇ ਨਾ ਥਰਡਲੀ ਦੈਨ ਤੀਸਰੀ ਗੱਲ ਵਾਟ ਡਸ ਦਿਸ ਲੀਡਰਸ਼ਿਪ ਲੁੱਕ ਲਾਈਕ ਇਨ ਮੈਰਿਜ ਐਂਡ ਇਨ ਦ ਹੋਮ ਵਿਆਹ ਸ਼ਾਦੀ ਵਿੱਚ ਕਰਦੇ ਚ ਇਹ ਅਗਵਾ ਪੰਜ ਰਹੇਗਾ ਕਿੱਦਾਂ ਤੇ ਲੱਗਦਾ ਦੇਖਣ ਨੂੰ ਨਾ ਮੈਨ ਆਈ ਵਾਂਟ ਯੂ ਟੂ ਰਿਮੈਂਬਰ ਦਿਸ ਬੰਦਿਓ ਚੇਤੇ ਰੱਖਿਓ ਆਮ ਗੋਇੰ ਟੂ ਯੂਜ਼ ਅਲਿਟਰੇਸ਼ਨ ਸੋ ਆਮ ਗੋਇੰ ਟੂ ਯੂਜ਼ 4 ਪੀਸ ਵਰਡਸ ਦੈਟ ਬਿਗਿਨ ਵਿਦ ਪੀ ਮਿਸਾਲ ਦਿਨੇ ਕਿ ਚਾਰ ਲਫ਼ਜ਼ ਦੱਸੇ ਜਿਹੜੇ ਕਿ ਪੱਪੇ ਦੇ ਨਾਲ ਸ਼ੁਰੂ ਹੁੰਦੇ ਪੀ ਦੇ ਨਾਲ ਨਾ ਦਿਸ ਇਜ਼ ਨਾਟ ਓਰੀਜਨਲ ਆਈ ਡਿਡਨਟ ਇਨਵੈਂਟ ਦਿਸ ਮੈਂ ਨਹੀਂ ਬਣਾਇਆ ਇਹਨਾਂ ਗੱਲਾਂ ਨੂੰ ਆਈ ਗਾਟ ਦਿਸ ਫਰਮ ਅ ਪ੍ਰੀਚਿਕਲ ਵੋਡੀ ਬਾਕਮ ਵਾਟ Vodi Bakum ko hega wo likha now I don't listen much to preaching online hardly ever main aam taur te prachar nahi sunda on computer online some of you do kai tu sunde hai gya but I would rate Vodi of probably one of the three top men best online preacher bhai Vodi jehra hega wo kehnde uparle tinna insaan bande vich hega jehra ke acha prachar kega brilliant bahut acha prachar kega he wrote a book unne kitab likhi and he called it this किताब का नाम क्या रखा What must a man be if he wants to marry my daughter? एक बंदे नु किदां दा होना चाहिए हैगा जे कोई मेरी धी दे नाल ब्याह कराना चाहे ता And he gives 4 P's. चार गल्लां दसदे जेड़े पप्पे नाल शुरू होने P's. I've not read the book. मैं किताब पढ़ी नहीं हैगी. But I like the 4 P's. पर ओ जेड़े गल्लां ने दसी चार गल्लां मैं चंगी लगी. And he shows what leadership should be like in marriage. ਵਿਆਹ ਸ਼ਾਦੀ ਚ ਸੱਚਾ ਅਗਵਾਪਨ ਕਿਦਾਂ ਦਾ ਹੋਣਾ ਚਾਹੀਦਾ? We're going to look at them one by one. ਇੱਕ ਇੱਕ ਕਰਕੇ ਦੇਖਾਂਗੇ. Tell you what they are then I'll then expand on it. ਦੱਸਾਂਗੇ ਕੀ ਹੈਗੇ ਫਿਰ ਬਾਅਦ ਵਿੱਚ ਗੱਲ ਕਰਾਂਗੇ. He should be a priest. ਯਾਜਕ ਹੋਣਾ ਚਾਹੀਦਾ ਪਰ priest. ਹਾਂ. Prophet. ਯਾਜਕ ਨਵੀ. Provider. ਦੇ ਜ਼ਰੂਰਤਾਂ ਪੂਰੀਆਂ ਕਰਨ ਵਾਲਾ. Protector. ਔਰ ਹਿਫਾਜ਼ਤ ਕਰਨ ਵਾਲਾ. That's what you should be. ਇਹ ਹੋਣਾ ਚਾਹੀਦਾ. If you want to be a responsible man. ਇਹ ਜ਼ਿੰਮੇਵਾਰ ਆਦਮੀ ਹੋਣਾ ਚਾਹੀਦਾ ਹੈਗਾ. Sadly, ਦੁਖਦੀ ਗੱਲ there are some men ਕੁਝ ਇਨਸਾਨ ਹੈਗੇ ਆ who just don't want any responsibility. ਉਹ ਬੰਦੇ ਹੈਗੇ ਕੋਈ ਜ਼ਿੰਮੇਵਾਰੀ ਚਾਹੁੰਦੇ ਨਹੀਂ ਹੈਗੇ ਕੋਈ ਵੀ. They have a man's body but they're still boys. ਬੰਦੇ ਦਾ ਜਿਸਮ ਤਾਂ ਪਾਇਆ ਉਹਨਾਂ ਨੇ ਪਰ ਹੈਗੇ ਨਿਆਣੇ ਵਿੱਚ. They've grown up physically. ਸਰੀਰਕ ਤੌਰ ਤੇ ਤਾਂ ਵੱਡੇ ਹੋ ਗਏ ਆ. But mentally and spiritually they're still boys. ਦਿਮਾਗੀ ਤੌਰ ਤੇ ਰੂਹਾਨੀ ਤੌਰ ਤੇ ਹਜੇ ਵੀ ਬੱਚਿਆਂ ਦੇ ਬੱਚੇ ਹੀ ਆ. Boys love their toys. ਮੁੰਡਿਆਂ ਨੂੰ ਖੇਡਣਾ ਪਸੰਦ ਆ ਬੰਦੇ ਲਵ ਦੇ ਕੰਪਿਊਟਰ ਮੁੰਡਿਆਂ ਨੂੰ ਕੰਪਿਊਟਰ ਪਸੰਦ ਆ ਬਟ ਦੇ ਸਟਿਲ ਆਰ ਬॉयਜ਼ ਬਟ ਦੇ ਹੈਵ ਮੋਰ ਐਕਸਪੈਂਸਿਵ ਟੋਇਜ਼ ਮੁੰਡੇ ਤੇ ਮੁੰਡੇ ਹੀ ਆ ਪਰ ਮੈਂ ਖੇਡਣ ਦੀ ਮਹਿੰਗੀ ਹੋ ਗਈਆਂ ਦੇ ਲਵ ਦੇ ਐਸ ਬॉयਜ਼ ਦੇ ਹੈਡ ਦੇ ਕੰਪਿਊਟਰਸ ਮੁੰਡਿਆਂ ਕੋ ਕੰਪਿਊਟਰ ਹੈਗੇ ਆ ਨਾ ਦੇ ਟੋਇਜ਼ ਆਰ ਵੈਰੀ ਐਕਸਪੈਂਸਿਵ ਦੇ ਲਵ ਦੇ ਸਪੋਰਟਸ ਕਾਰਸ ਖੇਡਣਾ ਮਹਿੰਗੀ ਹੈਗੀ ਆਪਣੀ ਗੱਡੀਆਂ ਨੂੰ ਪਸੰਦ ਕਰਦੇ ਸਪੋਰਟ ਕਾਰ ਪਸੰਦ ਕਰਦੇ ਆ ਦੇ ਆਰ ਇਨਟੂ ਦੇ ਸਪੋਰਟ ਆਪਣੀ ਖੇਡਾਂ ਵਿੱਚ ਪਸੰਦ ਕਰਦੇ ਦੇ ਆਰ ਇਨਟੂ ਬੋਡੀਬਿਲਡਿੰਗ ਬੋਡੀਬਿਲਡਿੰਗ ਕਰਦੇ ਕਸਰਤ They want to be cool. ਚੰਗੇ ਲੱਗਣਾ ਚਾਹੁੰਦੇ ਸਾਰਿਆਂ ਮੋਰੇ. They want to be wealthy. They want to be somebody. ਅਮੀਰ ਬਣਨਾ ਚਾਹੁੰਦੇ ਆ ਕੋਈ ਕੁਝ ਹਾਸਲ ਕਰਨਾ ਚਾਹੁੰਦੇ ਆ. Listen, there's nothing wrong with sports. I love sports. ਖੇਡਾਂ ਕੋਈ ਮਾੜੀਆਂ ਨਹੀਂ ਪਾਈ ਕਿ ਮੈਂ ਵੀ ਪਸੰਦ ਕਰਦਾ. There's nothing wrong with keeping fit. ਖੇਡਾਂ ਤੁਹਾਨੂੰ ਤੰਦਰੁਸਤ ਰੱਖਦੀਆਂ. There's nothing wrong with hard work. ਮਿਹਨਤ ਕਰਨਾ ਮਾੜੀ ਗੱਲ ਨਹੀਂ ਹੈਗੀ. But they're boys because this is what motivates them and drives them. And this is what they live for. Andro munde hege andro bachpan hega oh bachpan gaya nahi hega ohi unhone chalaunda ohi unhonu agge leke janda. And they do not take responsibility for their wives and their children. Us bachpane vich na apni teemi di na apne bachchan di zimmewari lende ha. If this is what you are. Je tusi aadmi ho edan de hege na. You need to put away your toys. Apne khedna rakh do han. You need to grow up. Vadde hovo. You need to man up. Bande bano. ਮਰਦ ਬਣੋ ਟੂ ਫੋਲੋ ਦੀਸ 4 ਪੀਸ ਇਹ ਗੱਲਾਂ ਨੂੰ ਇਹਨਾਂ ਗੱਲਾਂ ਨੂੰ ਯਾਦ ਰੱਖੋ ਓਕੇ ਲੈਟਸ ਗੋ ਥਰੂ them one by one ਪਹਿਲੀ ਗੱਲ ਫਰਸਟ ਆਫ ਆਲ ਪਹਿਲੀ ਗੱਲ ਲੀਡਰਸ ਇਨ ਮੈਰਿਜਸ ਆਰ ਕਾਲਡ ਟੂ ਬੀ ਪ੍ਰੀਸਟ ਵੇ ਸ਼ਾਦੀ ਕਹੇਗਾ ਕਿ ਤੁਸੀਂ ਯਾਜਕ ਬਣੋ ਯਾਜਕ ਨਾ ਦਿਸ ਇਜ਼ ਨਾਟ ਸੇਇੰਗ ਦੈਟ ਯੂ ਹੈਵ ਦ ਰੋਲ ਆਫ ਅ ਪ੍ਰੀਸਟ অর ਦ ਆਫਿਸ ਆਫ ਅ ਪ੍ਰੀਸਟ ਇਹ ਨਹੀਂ ਕਿ ਤੁਸੀਂ ਯਾਜਕ ਦੀ ਪਦਵੀ ਹੋਵੇ ਤੁਹਾਡੀ That doesn't exist anymore. Aajkal yajkan da rohdar ya. Because Jesus is a high priest. He's fulfilled that role. That's finished. Yajak ਸਿੱਖਿਆ ਦੇਣ ਵਾਲੇ ਨਹੀਂ ਰਹੇ ਅੱਜ ਬਟ ਦਿਸ ਇਜ਼ ਜਸਟ ਅ ਵੇ ਆਫ ਸੇਇੰਗ ਸਮਥਿੰਗ ਬ੍ਰੇਕ ਇਟ ਕੈਨ ਦਾ ਲੈਜ਼ਾ ਆ ਪ੍ਰੀਸਟ ਇਨ ਦੀ ਓਲਡ ਟੈਸਟਮੈਂਟ ਹੀ ਪ੍ਰਾਣੇ ਨੇਮ ਦੇ ਯਾਜਕ ਰੈਪਰੈਜ਼ੈਂਟਿਡ ਪੀਪਲ ਟੂ ਗੋਡ ਲੋਕਾਂ ਨੂੰ ਪ੍ਰਭੂ ਦੇ ਅੱਗੇ ਪ੍ਰਗਟ ਕਰਦੇ ਸੀਗੇ ਦੇ ਇੰਟਰਸੀਡਿਡ ਔਨ ਬਿਹਾਫ ਆਫ ਪੀਪਲ ਲੋਕਾਂ ਦੇ ਬਦਲੇ ਸਿਫਾਰਿਸ਼ ਕਰਦੇ ਸੀਗੇ ਰੱਬ ਦੇ ਅੱਗੇ ਸੋ ਅ ਪਰਸਨ ਵੁੱਡ ਸਿਨ ਕਿਸੇ ਨੇ ਪਾਪ ਕੀਤਾ ਦੇ ਵੁੱਡ ਬ੍ਰਿੰਗ ਦੇਅਰ ਸੈਕਰੀਫਾਈਸ ਕੁਰਬਾਨੀ ਲੈ ਕੇ ਆਏ ਟੂ ਗੋਡ ਪ੍ਰਭੂ ਦੇ ਅੱਗੇ ਦਾ ਪ੍ਰੀਸਟ ਵੁੱਡ ਟੇਕ ਇਟ ਯਾਜਕ ਨੇ ਕੁਰਬਾਨੀ ਲਈ ਔਨ ਬਿਹਾਫ ਆਫ ਦੈਟ ਪਰਸਨ ਹੀ ਵੁੱਡ ਆਫਰ ਇਟ ਅਪ ਐਸ ਅ ਸੈਕਰੀਫਾਈਸ ਉਸ ਇਨਸਾਨ ਦੇ ਵੱਲੋਂ ਉਹਨੇ ਯਾਜਕ ਨੇ ਕੁਰਬਾਨੀ ਪੇਸ਼ ਕੀਤੀ ਰੱਬ ਦੇ ਅੱਗੇ ਦੈਟਸ ਵਾਟ ਅ ਪ੍ਰੀਸਟ ਡਿਡ ਯਾਜਕ ਦੇ ਕੰਮ ਦ ਪੀਪਲ ਆਰ ਬਿਹਾਈਂਡ ਹਿਮ ਲੋਕੀ ਉਹਦੇ ਪਿੱਛੇ ਖੜੇ ਆ ਰੈਪਰੈਜ਼ੈਂਟ ਦ ਪੀਪਲ ਟੂ ਗੋਡ ਉਹ ਮੋਰੇ ਹੋ ਕੇ ਰੱਬ ਦੇ ਅੱਗੇ ਲੋਕਾਂ ਨੂੰ ਪ੍ਰਗਟ ਕਰਦਾ ਪੇਸ਼ ਕਰਦਾ
As a husband, पति होने के नाते, as a father, बाप होने के नाते, you are responsible, थोड़ी जिम्मेवारी हैगी है, for representing your wife and your family and bringing them before God in prayer. अपनी पत्नी नू, अपने बच्चे नू रब जगे प्रार्थना दिवस पेश करना ये थोड़ी जिम्मेवारी है. To pray with your wife and to pray for your wife. ओदे ले और ओदे नाल प्रार्थना करने. And your family. परिवार दे ले. That's manhood. ये कहने इन्हों कहने मर्दानगी. Turn with me to the book of Job. Ayub di kitab. Turn to Job. Job chapter 1. Ayub di kitab. Pehla chapter. Job is one of the godliest men who lived in the Old Testament. Ayub jada siga sab to prabhu da dan wala banda siga. Verse 1. Ik vaat paniya. There was a man in the land of Uz whose name was Job, and that man was blameless, upright, and one who feared God and shunned evil. Four things. If you want to know what a man is, here it is. Not David Beckham. Think of Job. Blameless. निर्दोष, upright, रासबास, one who feared God and shunned evil. खुदा तो डरन वाला, बदी तो दूर रहन वाला. Now, verse 5 tells us. पांचवीं आयत लिखी है. He would rise every morning. उन्हें सुबह उठ के. And he offered burnt offerings for his children, just in case they sinned. सुबह उठ के हर सुबह उठ के अपने बच्चे के लिए कुर्बानी गुजरांदा सगा, जस्ट ताकि किते हो ना हो उन्हें बदे बच्चे के किते पाप हो गया. And thus Job did regularly. क्योंकि आगे के लिखा अय्यूब हमेशा ऐसे ही किया करता था. He was like the family priest. वो एक परिवार का याजक सगा. Who interceded on behalf of his family. अपने परिवार दे लई प्रभु दे अगे आंदा सगा. He was the spiritual head in the home. घर दे विच ओ रूहानी अगुआ सगा. Let me ask you men. तो बंदे पूछिए थानू. When was the time? पिछली बार कदों सगा? You as the head of your home. तुसी घर दे अगुए होके. Took the spiritual initiative. रूहानी रुझाव लेके अपनी पत्नी ने क्या? Let's pray. अपनी पत्नी ने क्या प्रार्थना करी है? Now you may do it with your kids. बच्चा ना कर दे होंगे बेशक. When did you do it with your wife? तीवी ने कदों किता? As the spiritual head. रूहानी अगुआ होने दे नाते. John Piper said this. पता लग जाता घर का अगुआ कौन है? Because the head of the home is the one who says most of the time less. Let's do this. घर का अगुआ वो होता जो हमेशा कहता चल हा करिए चल हो करिए. Let's talk. तो गल करिए. Let's talk about the children. बच्चों बारे गल करिए. Let's talk about the finances. पैसों बारे गल करिए. Let's go to church. चलो चर्च चलिए. Let's go and pray. जाकर प्रार्थना करिए. Is it the wife who's constantly having to nag you? ये तीमी हाँ, ये तो हर बार थानू कह ही जाती है कि चलो करिए, चलो करिए, चलो करिए. And say let's. चलो चलो कर चलिए चला पकड़िए आ करिए वो करिए. Has she got to take the initiative because you are a useless man? कि उन्हों ही मोरी हो के कहना पैंदा चलो करिए क्योंकि तुझे नकारे इंसान बन गए हैं. Because you are not spiritually minded as the leader. थोड़ा मन रूहानी तौर वाल नहीं हैगा कि तुझे कहो कि चल ऐसे करिए. And all you want is an easy life. तू चाहने आराम दी ज़िंदगी. Watch TV. टेलीविज़न देखो. Play on your phone. टेलीफोन ते देखी लगी रहो. On your mobile. मोबाइल ते लगी रहो. Watch YouTube. YouTube देखी जाओ. And you don't want to bear responsibility for your wife and your family. कोई जिम्मेवारी नहीं लेना चाहते कि ना तीमी दी ना बच्चियां दी. And all you say is. तुझे कहने हैं. To your wife, oh, don't tell me about the kids. बच्चियां वाली मैंने ना कहा क्या बच्चियां. Don't tell me any problem. मैंने ना दस कोई कहा थी मुश्किल है कि मैं नहीं सुनना चाहता. And you, your wife has to bear the burden on her own. थोड़ी तीमी नू कली नू बोझ उठाना पड़ता थोड़ा भी. In most churches. बहुत सारे घर सॉरी चर्चा बहुत दुख होता सुन के बहुत सारे चर्चा के मैन आर टेरिबल लीडर्स बंदे अच्छे अगुए नहीं है व्हेन इट कम्स टू दिस प्रीस्टली रोल जदों इस याजक वाले काम के बारे गल आती कि याजक बनना चाहिए दे डोंट लीड देयर फैमिलीज इन प्रेयर परिवार में प्रार्थना नहीं करते एंड दे आर
never at the prayer meeting. कदे प्रार्थना दी मीटिंग विच नहीं आंदे हैगे. Most of the people that come to the prayer meeting are the women. ਬਹੁਤ ਵਾਰ ਨੂੰ ਜਿਹੜੀ ਜਿਹੜੇ ਆਉਂਦੇ ਪ੍ਰਾਰਥਨਾ ਮੀਟਿੰਗ ਕੌਣ ਆਉਂਦੀ ਆ? ਭੈਣਾਂ ਆਉਂਦੀ, ਸਾਰੀ ਔਰਤਾਂ ਆਉਂਦੀਆਂ, ਬੰਦੇ ਨਹੀਂ ਆਉਂਦੇ, ਬਹੁਤ ਘੱਟ ਆਉਂਦੇ ਆ. And they make excuses. ਬਹਾਨੇ ਬਣਾਉਂਦੇ ਫਿਰ. I'm busy. ਮੇਰੇ ਕੋਲ ਟਾਈਮ ਹੈ ਨਹੀਂ. Busy with work. ਜੇ ਕੰਮ ਦੀ ਗੱਲ ਹੋਵੇ ਨਾ, gotta look after the kids. ਮੈਂ ਬੱਚਿਆਂ ਦੀ ਦੇਖਭਾਲ ਕਰਦਾ. Shall I tell you what the best thing for your kids is? ਤੁਹਾਨੂੰ ਪਤਾ ਬੱਚਿਆਂ ਦੇ ਲਈ ਸਭ ਤੋਂ ਚੰਗਾ ਕੀ ਕਰ ਸਕਦੇ ਆ? ਤੀਵੀਂ ਦੇ ਲਈ ਵੀ. They watch you, kids, watch you like a hawk. ਬੱਚੇ ਤੁਹਾਨੂੰ ਦੇਖਦੇ ਕਿ ਤੁਸੀਂ ਕੀ ਕਰਦੇ ਹੈਗੇ ਆ. Come and pray. ਆਕੇ ਪ੍ਰਾਰਥਨਾ ਕਰੋ. Because they will see where's dad going, dad's going to the prayer meeting. They will know what is important to you and they'll see it as they grow up and they will model it. ਡੈਡੀ ਦੇਖਦੇ, ਡੈਡੀ ਕਿੱਥੇ ਗਿਆ? ਡੈਡੀ ਪ੍ਰਾਰਥਨਾ ਦੀ ਮੀਟਿੰਗ ਗਿਆ ਹੈਗਾ. ਦੇਖੋਗੇ ਪ੍ਰਾਰਥਨਾ ਮੀਟਿੰਗ ਗਿਆ, ਉਹ ਕਹੋਗੇ ਆਪਣੀ ਜ਼ਿੰਦਗੀ, ਦੇਖੋਗੇ ਪ੍ਰਾਰਥਨਾ ਦੀ ਮੀਟਿੰਗ ਜਾਂਦਿਆਂ ਨੂੰ ਅੱਗੇ ਚੱਲ ਕੇ ਉਹ ਵੀ ਉਹੀ ਕਰੋਗੇ ਕਿ ਉਹਨਾਂ ਦਾ ਬਾਪ ਕਰਦਾ ਸੀਗਾ, ਉਹ ਵੀ ਉਹੀ ਕਰੋਗੇ. And wives, ਤੀਵੀਓ, don't hold your husband back when it comes to spiritual things. ਰੂਹਾਨੀ ਗੱਲਾਂ ਹੁੰਦੀਆਂ ਤਾਂ ਆਪਣੇ ਆਦਮੀ ਨੂੰ ਪਿੱਛੇ ਨਾ ਫੜ ਰੱਖੋ. You never spend time with me. Why do you have to go to the prayer meeting? ਤੂੰ ਤਾਂ ਮੇਰੇ ਕਦੇ ਬੰਦਾ ਨਹੀਂ ਹੈਗਾ, ਕਦੇ ਪ੍ਰਾਰਥਨਾ ਦੇ ਵਿੱਚ ਤੁਰਿਆ ਰਹਿਣਾ, ਮੇਰੇ ਨਾਲ ਕਦੇ ਬੰਦਾ ਨਹੀਂ ਹੈਗਾ. Don't make your family, your children, little gods that you worship. ਆਪਣੇ ਆਦਮੀ ਨੂੰ, ਆਪਣੇ ਬੱਚਿਆਂ ਨੂੰ ਨਿੱਕੇ ਨਿੱਕੇ ਦੇਵੀ ਦੇਵਤੇ ਨਾ ਬਣਾ ਕੇ ਰੱਖੋ ਜਿਹਨਾਂ ਦੀ ਤੁਸੀਂ ਪੂਜਾ ਕਰਦੇ ਹੋ. That is dangerous. Put God first. ਇਹ ਖਤਰਨਾਕ ਹੈ. ਸਭ ਤੋਂ ਮੋਹਰੇ ਰੱਬ ਨੂੰ ਰੱਖੋ. And you will be blessed. ਬਰਕਤ ਪਾਉਂਗੇ. Adjust your work, adjust your lifestyle, adjust your family life so you make these things your priority. And yes, give your wife extra time. ਆਪਣਾ ਕੰਮ ਨੂੰ ਬਦਲੋ, ਆਪਣੀ ਜ਼ਿੰਦਗੀ ਨੂੰ ਬਦਲੋ, ਆਪਣੇ ਸਾਰਾ ਕੁਝ ਬਦਲੋ ਤਾਂ ਕਿ ਪ੍ਰਭੂ ਨੂੰ ਜ਼ਿਆਦਾ ਸਮਾਂ ਦਿਓ, ਆਪਣੀ ਧੀਵੀ ਨੂੰ ਵੀ ਜਦ ਸਮਾਂ ਦਿਓ. Up and down churches in this country, men need to really man up. ਇਸ ਮੁਲਕ ਦੇ ਵਿੱਚ, ਚਰਚਾਂ ਵਿੱਚ, ਸਾਰੀ ਦੁਨੀਆ ਇਸ ਮੁਲਕ ਦੇਖੋ ਨਾ, ਬੰਦਿਆਂ ਨੂੰ ਬੰਦੇ ਬਣਨਾ ਸਿੱਖਣਾ ਚਾਹੀਦਾ. And take their responsibility seriously as priests. ਆਪਣੀ ਜ਼ਿੰਮੇਵਾਰੀ ਯਾਜਕ ਹੋਣ ਦੇ ਨਾਤੇ ਅੱਛੇ ਤਰੀਕੇ ਨਾਲ ਨਿਭਾਉਣ, ਸਹੀ ਤਰੀਕੇ ਨਾਲ ਨਿਭਾਉਣ. And get your priorities right. ਆਪਣਾ ਜਿਹੜਾ ਕੰਮ ਕਰਨਾ, ਪਹਿਲ ਕੰਮ ਪਹਿਲਾਂ ਕਰੋ. In 1 Peter chapter 3 verse 7. ਪਹਿਲਾ ਪਤਰਸ 3:7. Dwell with your wives with understanding. ਆਪਣੇ ਪਤਨੀ ਦੇ ਨਾਲ ਇੱਕ ਸਮਝੌਤਾ ਸ਼ੁਰੂ. So that your prayers are not hindered. ਤਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਜਿਹੜੀ ਹੈਗੀਆਂ ਉਹ ਰੁਕਾਵਟ ਨਾ ਪਾਉਣ. You need to lead your wife in prayer. ਪਤਨੀ ਨੂੰ ਪ੍ਰਾਰਥਨਾ ਵਿੱਚ ਲੈ ਕੇ ਆਓ. This is so important. ਜ਼ਰੂਰੀ ਆ. And you know what? ਪਤਾ ਕੀ? Women want to be led. ਔਰਤਾਂ ਚਾਹੁੰਦੀਆਂ ਕਿ ਸਾਡਾ ਆਦਮੀ ਸਾਨੂੰ ਲੈ ਕੇ ਜਾਵੇ. They want their men to be good leaders. ਉਹ ਚਾਹੁੰਦੀਆਂ, ਔਰਤਾਂ ਚਾਹੁੰਦੀਆਂ ਕਿ ਸਾਡਾ ਆਦਮੀ ਅੱਛਾ ਅਗਵਾ ਬਣੇ. So be a priest. ਯਾਜਕ ਬਣੋ. Secondly. ਦੂਸਰੀ ਗੱਲ. Prophet. ਨਵੀ. Now, what is, again, this is not saying that you have the office of a prophet. ਇਹ ਨਹੀਂ ਕਿ ਤੁਸੀਂ ਨਵੀ ਬਣ ਗਏ ਹੈਗੇ ਆ. Or you are a prophet, like the Old Testament. ਜਦ ਜਿਹੜਾ ਪ੍ਰਾਣੀ ਨੇ ਦੱਸ ਕੇ ਨਵੀ ਉਦਾਂ ਤੁਸੀਂ ਨਵੀ ਬਣ ਗਏ. What is saying is that we need to be like prophets. ਨਵੀਆਂ ਵਰਗੇ ਬਣੋ. So, prophet and priest, what's the difference? ਯਾਜਕ ਔਰ ਨਵੀ ਕੀ ਫਰਕ ਹੈਗਾ ਦੋਨਾਂ ਦਾ? A priest brought God's people, so the people he represented God's people, to God. ਯਾਜਕ ਦਾ ਕੰਮ ਸੀਗਾ ਲੋਕਾਂ ਨੂੰ ਪ੍ਰਭੂ ਦੇ ਅੱਗੇ ਲੈ ਕੇ ਆਉਣਾ ਯਾਜਕਪਣੇ ਦੇ ਵਿੱਚ. A prophet is looking the other way. ਨਬੀ ਹੈਗਾ ਦੂਸਰੀ ਤਰਫ ਦੇਖਦਾ. He represented God to the people. ਨਬੀ ਰੱਬ ਨੂੰ ਲੋਕਾਂ ਦੇ ਅੱਗੇ ਪੇਸ਼ ਕਰਦਾ. And he brought God's word to the people. ਨਬੀ ਪਰਮੇਸ਼ਵਰ ਦਾ ਲਫ਼ਜ਼ ਲੋਕਾਂ ਦੇ ਅੱਗੇ ਲੈ ਕੇ ਆਉਂਦਾ. So as a husband, ਪਤੀ responsible, ਤੁਸੀਂ, ਤੁਹਾਡੀ ਜ਼ਿੰਮੇਵਾਰੀ ਆ to bring God's word to your wife and your family. ਆਪਣੇ ਪਰਿਵਾਰ ਦੇ ਵਿੱਚ, ਆਪਣੇ ਬੱਚਿਆਂ ਕੋ, ਤੀਵੀਂ ਕੋ ਰੱਬ ਦਾ ਵਚਨ ਲੈ ਕੇ ਆਉਣਾ. That is your role as a leader. ਅਗਵਾ ਹੋਣ ਦੇ ਨਾਤੇ ਤੁਹਾਡਾ ਕੰਮ ਹੈ. Turn with me once again to Ephesians. Ephesians chapter 5 verse 26. Ephesians 5:26. It says this. ਕੀ ਲਿਖਿਆ? That he might sanctify and cleanse her with the washing of water by the word. ताकि उसको कलाम के साथ पानी से गुसल देकर और साफ करके मुकद्दस बनाए. He's saying, how does Christ sanctify the church, his bride? प्रभु यीशु मसीह ने अपनी दुल्हन ਨੂੰ, अपनी मंडी ਨੂੰ ਕਿੱਦਾਂ ਮੁਕੱਦਸ ਕੀਤਾ? It's through the word. ਵਚਨ ਦੁਆਰਾ. And Paul is using that analogy to say to husbands. ਇਹੀ ਤਰੀਕਾ ਅਪਣਾ ਰਿਹਾ ਪੌਲਸ ਬੰਦੇ ਨੂੰ ਦੱਸਣ ਨੂੰ ਘਰ ਦੇ ਵਿੱਚ. This is what you are to do to your bride. ਕਿ ਤੂੰ ਆਪਣੀ ਤੀਵੀਂ ਨਾਲ ਕੀ ਕਰੇ?
so that she may grow and be holy through the word. ਕਿ ਉਹ ਵਚਨ ਦੇ ਵਿੱਚ ਵਧ ਕੇ ਮੁਕੱਦਸ ਬਣੇ. The same thing is saying to children as well. ਬੱਚਿਆਂ ਨੂੰ ਵੀ ਕਹੇ, ਬੱਚਿਆਂ ਨੂੰ ਵੀ ਕਹੇ ਪਰਿਵਾਰ ਨੂੰ. Bring them up in the training and admonition of the Lord. How do you do that? Through the word. ਬੱਚਿਆਂ ਨੂੰ ਕਿੱਦਾਂ ਵੱਡੇ ਕਰਨਾ ਹਿਦਾਇਤ ਦੇ ਵਿੱਚ? ਪ੍ਰਭੂ ਦੇ ਵਚਨ ਦੁਆਰਾ. That is your duty as fathers. ਬਾਪ ਦੀ ਜਿਹੜਾ ਤੁਹਾਡਾ ਬਾਪ ਦੀ ਜ਼ਿੰਮੇਵਾਰੀ ਆ. Let me ask you. ਪੁੱਛਿਆ ਤੁਹਾਨੂੰ. How do you run your families? ਤੁਸੀਂ ਆਪਣਾ ਘਰ ਕਿੱਦਾਂ ਚਲਾਉਂਦੇ ਆ? How do you shape and mold and govern things? ਤੁਸੀਂ ਆਪਣੇ ਘਰ ਨੂੰ ਕਿੱਦਾਂ ਚਲਾਉਂਦੇ ਆ? ਕਿੱਦਾਂ ਤੁਸੀਂ ਉਹਨੂੰ ਬਣਾਉਂਦੇ ਆ? Do you make decisions? ਕਿਹੜੇ ਬਲ ਬੂਟੇ ਉੱਤੇ ਤੁਸੀਂ ਆਪਣੇ ਫੈਸਲੇ ਕਰਦੇ ਘਰ ਦੇ ਵਿੱਚ? Decisions based on the prevailing culture. ਕੀ ਤੁਹਾਡੇ ਫੈਸਲੇ ਹੁੰਦੇ ਆ ਜੋ ਸਮਾਜ ਵਿੱਚ ਹੈਗਾ ਹੋ ਰਿਹਾ ਆਲੇ ਦੁਆਲੇ ਉੱਤੇ? Is it based on what people say, yeah, the loki, advice that you get from your friends and your family, loki ki kehnde hai mainu sabak mere dost ki kehnde salah dende hai ghar de ki salah log ba ki rishtedar ki salah dende hai loki tusi apne ghar de ch kidda tusi faisle karde ho what determines your ethics and your values in life kehri cheez hai ki jehdi thodi zindagi vich thoda jehra ik abru hai ki jo thoda jo thoda wajood hai ga kehri cheez onu chalaundi ha how do you lead your family tusi kidda apne parivar nu chalaunde ha are you known as a man who runs his family based on the word of God. ki loki thonu is tarah jande ke oh insaan hai ga jehda apne tabar nu na bible de anusar chalaunda hai ga it is sad dukh di gall hai some men don't even read their bible dukh di gall hai jadon bande bible nahi padde hage they know nothing about it kuch nahi pata unhanu bible bare they know everything about the culture that we live in duniya bare samaj bare sab ko jande bible bare kuch vi nahi jande and they look like the culture we live in jiddan de samaj ch rehnde hai udda de lage udda de ban jande hai like the culture we live in bolde vi udda hi hai jiddan log bolde hai smell like the culture we live in unna booch unna de booch booch ve daundi hai live like the culture aur jinde vi udda hi hai jehde samaj ch rehnde hai they never read their bibles par kade bible nahi padde with their wives teemiyan na baith ke kade bible nahi padde and ensure that their homes are grounded and ruled and dictated and controlled by the word of god unhanu parwah nahi hagi ke sade faisle sade assi jo haq hage sade jo kehne hai jo karde hai gya oh prabhu de vachan de anusar hage unhanu koi parwah nahi is gal di Joshua 24:15 Joshua said to Israel Joshua ne kiya ke jo bhi choose for yourself who you're going to serve you're going to serve these pagan gods oh kehna ke ji faisla karo sikhe ne tusi inna murti ande magar chalna you're going to follow the world tu ya duniya magar chalna that's up to you e thodi marzi hai but he said this ki kehnda 15 ayat but as for me par jithe main my house aur mere ghar di gall hai we will serve the lord assi khuda di seva karni hai that is how you run your home ਇਹਨੂੰ ਕਹਿੰਦੇ ਆ ਘਰ ਕਿੱਦਾਂ ਚਲਾਈਦਾ ਕੈਨ ਯੂ ਸੇ ਦੈਟ ਤੁਸੀਂ ਕਹਿ ਸਕਦੇ ਹੈਗਾ ਔਨ ਬਿਹਾਫ ਆਫ ਯੋਰ ਫੈਮਿਲੀ ਆਪਣੇ ਪਰਿਵਾਰ ਦੇ ਲੋ ਆਦਿ ਤੁਸੀਂ ਕਹਿ ਸਕਦੇ ਕਿ ਜੀ ਆਸ ਫॉर ਮੀ ਐਂਡ ਮਾਈ ਹਾਊਸ ਵੀ ਵਿਲ ਸਰਵ ਦ ਲਾਰਡ ਵੀ ਆਰ ਗੋਇੰ ਟੂ ਰਨ ਆਰ ਹਾਊਸ ਔਨ ਦ ਬੇਸਿਸ ਆਫ ਗੋਡਸ ਕਿ ਜਿੱਥੇ ਮੈਂ ਔਰ ਮੇਰੇ ਪਰਿਵਾਰ ਦੀ ਗੱਲ ਹੈਗੀ ਨਾ ਅਸੀਂ ਮੈਂ ਆਪਣਾ ਘਰ ਰੱਬ ਦੇ ਅਨੁਸਾਰ ਚਲਾਉਣਾ ਕਹਿੰਦੇ ਅਨੁਸਾਰ ਤੁਸੀਂ ਕਹਿ ਸਕਦੇ ਕਿ ਬੀ ਅ ਪ੍ਰੋਫਿਟ ਇਨ ਯੋਰ ਹੋਮ ਆਪਣੇ ਘਰ ਚ ਨਵੀਂ ਬਣਨਾ ਸਿੱਖੋ ਪ੍ਰੀਸਟ ਅ ਪ੍ਰੋਫਿਟ ਨਵੀਂ ਬਣੋ ਪ੍ਰਚਾਰਕ ਬਣੋ ਟੂ ਮੋਰ ਥਿੰਗਸ ਦੋ ਗੱਲਾਂ ਹੋ ਰਹੇ ਪ੍ਰੋਵਾਈਡਰ ਜ਼ਰੂਰਤਾਂ ਪੂਰੀਆਂ ਕਰਨ ਵਾਲੇ ਮੈਨ ਆਰ ਕਾਲਡ ਟੂ ਵਰਕ ਬੰਦੇ ਨੂੰ ਕਿਹਾ ਗਿਆ ਬੰਦੇ ਨੂੰ ਕਿਹਾ ਗਿਆ ਪਰਿਵਾਰ ਦੇ ਲਈ ਕੰਮ ਕਰੋ ਦੈਟਸ ਯੋਰ ਡਿਊਟੀ ਐਜ਼ ਅ ਮੈਨ ਤੁਹਾਡਾ ਫਰਜ਼ ਹੈ ਬੰਦਿਆਂ ਦਾ ਓਕੇ ਆਈ ਡੋਨਟ ਹੈਵ ਟਾਈਮ ਟੂ ਲੁੱਕ ਐਟ ਦਿਸ 1 ਟਿਮੋਥੀ 5 ਵਰਸ 8 ਪਹਿਲਾ ਟਿਮੋਥੀਸ 5 ਹੀ ਇਸ ਟਾਕਿੰਗ ਟੂ ਵਿਡੋਜ਼ ਬੇਵਾ ਦੇ ਔਰਤਾਂ ਦੇ ਨਾਲ ਗੱਲ ਕਰਦਾ ਦੈਰ ਇਸ ਨੋ ਪੈਨਸ਼ਨ ਕੋਈ ਉਹਦੇ ਕੋ ਪੈਨਸ਼ਨ ਨਹੀਂ ਸੀ ਕੋਈ ਸੋ ਦੇ ਹੈਡ ਟੂ ਡਿਪੈਂਡ ਔਨ ਦੇਅਰ ਫੈਮਿਲੀਜ਼ ਟੂ ਪ੍ਰੋਵਾਈਡ ਫॉर देम ਪਰਿਵਾਰ ਦੇ ਉੱਤੇ ਭਰੋਸਾ ਸੀ ਕਿ ਪਰਿਵਾਰ ਸਾਡੀ ਜ਼ਰੂਰਤਾਂ ਪੂਰੀਆਂ ਪੌਲਸ ਕਹਿੰਦਾ ਇਫ ਯੂ ਡੋਨਟ ਪ੍ਰੋਵਾਈਡ ਫॉर देम ਜੇ ਤੁਸੀਂ ਉਹਨਾਂ ਦੀ ਜ਼ਰੂਰਤਾਂ ਨਹੀਂ ਪੂਰੀਆਂ ਕਰਦੇ ਯੂ ਆਰ ਵਰਸ ਦੈਨ ਅਨ ਅਨਬੀਲੀਵਰ ਤੁਸੀਂ ਕਾਫਰ ਹੈਗੇ ਆ ਵੀ ਅਨਵਿਸ਼ਵਾਸ ਅਨਵਿਸ਼ਵਾਸੀ ਨਾਲ ਵੀ ਮਾੜੇ ਗੋਡ ਇਨ ਵਰਸ 14 ਜੋ ਨਾ ਇਟ ਐਂਡ ਇਫ ਯੂ ਲੁੱਕ ਦੋਸ ਵਿਡੋਸ ਹੂ ਟੂ ਮੈਰੀ ਜਿਹੜੀਆਂ ਔਰਤਾਂ ਦੁਆਰਾ ਵਿਆਹ ਕਰਾਉਣੀਆਂ ਲੁੱਕ ਦ ਚਰਚ ਯੂ ਡੋਨਟ ਸਪੋਰਟ ਦੈਮ don't support them financially ਕਹਿੰਦੇ ਜਿਹੜੀਆਂ ਬੇਵਾ ਔਰਤਾਂ ਦੁਆਰਾ ਵਿਆਹ ਕਰਾਉਣੀਆਂ ਉਹਨਾਂ ਦੀ ਚਰਚ ਮਦਦ ਨਾ ਕਰੇ ਕਿਉਂ ਕਿ ਦੀ ਅਸੰਪਸ਼ਨ ਇਜ਼ ਦੈਟ ਦੇ ਹਸਬੰਡਸ ਵਿਲ ਪ੍ਰੋਵਾਈਡ ਫॉर देम ਉਹਨਾਂ ਦੇ ਪਤੀ ਉਹਨਾਂ ਦੀ ਜ਼ਰੂਰਤਾਂ ਪੂਰੀਆਂ ਕਰੂਗੇ ਜਿਨ੍ਹਾਂ ਨਾਲ ਦੁਆਰਾ ਵਿਆਹ ਕਰਾਉਗੀਆਂ ਐਸ ਅ ਹਸਬੰਡ ਯੂ ਨੀਡ ਟੂ ਬੇਅਰ ਰਿਸਪੌਂਸਿਬਿਲਟੀ ਟੂ ਪ੍ਰੋਵਾਈਡ ਫॉर ਯੋਰ ਵਾਈਫ ਐਂਡ ਕਿਡਸ ਪਤੀ ਹੋਣ ਦੇ ਨਾਤੇ ਤੁਸੀਂ ਆਪਣੀ ਤੀਵੀਂ ਦੀਆਂ ਆਪਣੇ ਬੱਚਿਆਂ ਦੀ ਜ਼ਰੂਰਤਾਂ ਪੂਰੀਆਂ ਕਰੋ ਐਂਡ ਦਿਸ ਆਈਡੀਆ ਦੈਟ ਯੂ ਸੈਂਡ ਯੋਰ ਵਾਈਫ ਆਊਟ ਟੂ ਵਰਕ ਇਹ ਜਿਹੜਾ ਕੰਮ ਹੈ ਕਿ ਤੀਵੀਂ ਨੂੰ ਕੰਮ ਤੇ ਭੇਜ ਦਿਓ ਯੂ ਆਰ ਲੇਜ਼ੀ ਬੰਦੇ ਘਰ ਸੁੱਤੇ ਪਏ ਆ ਯੂ ਆਰ ਆਈਡਲ ਬੰਦੇ ਬੇ ਐਂਡ ਜਸਟ ਵਾਚ ਟੀਵੀ ਆਲ ਡੇ ਸਾਰੀ ਦਿਹਾੜੀ ਪਏ ਟੈਲੀਵਿਜ਼ਨ ਦੇਖੀਆ ਨਾ ਇਫ ਦੈਟਸ ਦ ਵੇ ਯੂ ਲਿਵ ਜੇ ਤੇ ਇਦਾਂ ਜਿਹਨੇ ਤੁਸੀਂ ਦ ਬਾਈਬਲ ਸੇਜ਼ ਯੂ ਆਰ ਵਰਸ ਦੈਨ ਅਨ ਅਨਬੀਲੀਵਰ ਬਲ ਕਹਿੰਦੇ ਤੁਸੀਂ ਕਾਫਰ ਆ ਅਨਵਿਸ਼ਵਾਸ ਨਾਲ ਵੀ ਵਧ ਕੇ
ਕਾਫੀ ਨਾਲ ਬਾਤ ਕੀਆਂ ਸੀ ਆਫ ਕੋਰਸ देयर ਆਰ ਐਕਸੈਪਸ਼ਨਸ ਹਾਂ ਗੱਲ ਹੈਗੀ ਡਿਸੇਬਿਲਿਟੀਜ਼ ਜੋ ਕੋਈ ਬਿਮਾਰ ਹੈਗਾ ਨਹੀਂ ਕੰਮ ਕਰ ਸਕਦੇ ਦੈਨ ਯੈਸ ਯੂ ਵਾਈਫ ਮੇ ਨੀਡ ਟੂ ਗੋ ਆਊਟ ਫਰਕ ਗੱਲ ਤੀਵੀਂ ਨੂੰ ਫਿਰ ਕੰਮ ਤੇ ਜਾਣਾ ਪੈਂਦਾ ਫਰਕ ਆ ਲੱਗਿਆ ਬਟ ਯੂਰ ਰੋਲ ਐਸ ਅ ਹਸਬੰਡ ਬ੍ਰਿਕ ਆਦਮੀ ਹੋਣ ਦਾ ਜਿਹੜਾ ਤੁਹਾਡਾ ਅਹੁਦਾ ਹੈਗਾ ਇਸ ਟੂ ਪ੍ਰੋਵਾਈਡ ਫਾਰ ਯੂਰ ਵਾਈਫ ਐਂਡ ਫਾਰ ਯੂਰ ਆਪਣੇ ਘਰ ਦੀਆਂ ਜ਼ਰੂਰਤਾਂ ਪੂਰੀਆਂ ਕਰੋ ਆਪਣੇ ਟੱਬਰ ਲਈ ਕਮਾਓ ਯੂ ਨੀਡ ਟੂ ਹੈਵ ਅ ਗੁੱਡ ਵਰਕ ਐਥਿਕ ਤੁਹਾਡਾ ਕੰਮ ਕਰਨ ਦਾ ਹਿਸਾਬ ਸਹੀ ਹੋਣਾ ਚਾਹੀਦਾ ਯੂ ਡੋਨਟ ਲਿਵ ਫਾਰ ਯੂਰ ਵਰਕ ਤੁਸੀਂ ਕੰਮ ਲੈ ਨਹੀਂ ਜੀਦੇ ਇਟਸ ਨਾਟ ਯੂਰ ਗੋਡ ਉਹ ਤੁਹਾਡਾ ਰੱਬ ਨਹੀਂ ਹੈਗਾ ਬਟ ਯੂ ਨੀਡ ਟੂ ਪ੍ਰੋਵਾਈਡ ਫਾਰ ਯੂਰ ਫੈਮਿਲੀ ਪਰ ਆਪਣੇ ਪਰਿਵਾਰ ਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਤੁਹਾਡਾ ਫਰਜ਼ ਪ੍ਰੋਵਰਬ ਚੈਪਟਰ 6 ਕਹਤਾਂ 6 ਟਾਕਸ ਅਬਾਊਟ ਦ ਸਲਗਰਡ ਉਹ ਜਿਹੜਾ ਆਲਸੀ ਹੈਗਾ ਰੀਡ ਇਟ ਕੀ ਲਿਖਿਆ Go to the ant, you sluggard. ਕਹਿੰਦੇ ਕਿ ਚੂਟੀ ਕੋਲ ਜਾਓ ਤੁਸੀਂ ਆਲਸੀ ਹੋ ਤੁਸੀਂ ਆਲਸੀ ਹੋ ਤੁਸੀਂ 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 ਆਲਸੀ ਹੈਗੇ ਨਾ ਕੁਝ ਕਰਦੇ ਨੇ ਕਿ ਕੀੜੀ ਵੱਲ ਦੇਖੋ ਕੀੜੀਆਂ ਕਿੱਦਾਂ ਰਲ ਕੇ ਕੰਮ ਕਰਦੀਆਂ 2 Thessalonians chapter 3 verse 10 again I was in Thessalonica ਵਿੱਚ ਲਿਖਿਆ ਸਮਾਂ ਜਾ ਕੇ ਦੇਖਾਂ Here Christians were thinking Christ is coming ਵਿਸ਼ਵਾਸੀ ਕਹਿੰਦੇ ਕਿ ਪ੍ਰਭੂ ਆ ਰਹੇ ਹੈਗੇ ਆ Oh you know what we don't need to work anymore ਪ੍ਰਭੂ ਆ ਰਹੇ ਹੈਗੇ ਹੁਣ ਸਾਨੂੰ ਕੀ ਲੋੜ ਹੈ ਕੰਮ ਕਰਨ ਦੀ Wait for him to come ਇੰਤਜ਼ਾਰ ਕਰਦੇ ਪ੍ਰਭੂ ਦੀ ਆਮਦ ਦਾ Paul says ਪੌਲਸ ਕਹਿੰਦਾ If you don't work ਜੇ ਤੁਸੀਂ ਕੰਮ ਨਹੀਂ ਕਰਦੇ ਨਾ You shouldn't eat ਰੋਟੀ ਵੀ ਨਾ ਖਾਓ Brother sister Bravo Pano We need to learn these things Sikho ina gallan nu sikho You need to work and provide for your family Kam karke parivar di zarooratan puriyan karo akhrajat pure karo They have needs you need a roof over your head Thonu chhat chahidi aa Don't depend on the state Ina kyunki sarkar sanu kar dogi rehnu Don't sponge off the state Paise na lo sarkar kol ami Yes Sure, if we're out of work and we're genuinely looking, or if we're ill, yes, of course. ਜੇ ਨੌਕਰੀ ਨਹੀਂ ਹੈਗੀ, ਜੇ ਨੌਕਰੀ ਨਹੀਂ ਹੈਗੀ, ਕੰਮ ਤੋਂ ਉਹਦੇ ਫਰਕ ਗੱਲ ਹੈਗੀ ਹੈ। ਜੇ ਬਿਮਾਰ ਹੈਗੇ, ਫਰਕ ਗੱਲ ਹੈਗੀ ਹੈ। But I'm going to do a sermon on work anyway, so I won't say much. ਅਸੀਂ ਕੰਮ ਬਾਰੇ ਵੀ ਦੇਖਾਂਗੇ, ਸੋ ਉਹਦੇ ਵਾਲੇ ਜ਼ਿਆਦਾ ਨਹੀਂ ਕਹਿਣਾ ਕੁਝ। Men, we are to work. ਆਦਮੀਓ ਕੰਮ ਕਰੋ। It is your duty to provide for your family. ਤੁਹਾਡਾ ਕੰਮ ਹੈਗਾ, ਤੁਹਾਡਾ ਜੋ ਫਰਜ਼ ਹੈਗਾ, ਘਰ ਦੇ ਲਈ ਜ਼ਰੂਰਤਾਂ ਪੂਰੀਆਂ ਕਰਨ ਨੂੰ ਕੰਮ ਕਰਨਾ। You know what couples do these days? ਅੱਜ ਕੱਲ ਆਦਮੀ ਜੀ ਪਤਾ ਕੀ ਕਰਦੇ ਆ? They do this. ਇਦਾਂ ਕਰਦੇ ਆ। Husband goes out to work. ਆਦਮੀ ਕੰਮ ਤੇ ਜਾਂਦਾ। Wife may work as well. ਤੀਵੀ ਵੀ ਕੰਮ ਕਰਦੀ ਹੋਊਗੀ। And they say this. ਕੀ ਕਹਿੰਦੇ ਆ? Says this. ਕੀ ਕਹਿੰਦੇ ਆ? This is my money. ਆ ਮੇਰੇ ਪੈਸੇ ਆ। And this is your money. ਆ ਤੇਰੇ ਪੈਸੇ ਆ। This is the influence of the individualistic culture that we live in. It's all about me, isn't it? ਜਿਸ ਕੱਲੇ ਪੰਦੇ ਸਮਾਜ ਜਿਸ ਹੀ ਰਹਿਨੇ ਆ ਨਾ ਉਹਦਾ ਅਸਰ ਹੈਗਾ ਆ ਮੇਰਾ ਆ ਤੇਰਾ। I work for myself. ਮੈਂ ਆਪਣਾ ਕੰਮ ਕਰਦੀ ਆ ਕਰਦਾ ਮੈਂ ਯੂ ਵਰਕ ਟੂ ਗੈਟ ਮੋਰ ਐਕਸਪੈਂਸਿਵ ਟੋਇਜ਼ ਬੰਦਿਓ ਤੁਸੀਂ ਕੰਮ ਕਰਦੇ ਕਿ ਤੁਸੀਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਤੁਸੀਂ ਆਪਣੇ ਆਪ ਲਈ ਖਰੀਦਦੇ ਆ ਯੂ ਰੋਲੈਕਸ ਵਾਚਸ ਐਂਡ ਯੂ ਡਿਜ਼ਾਈਨਰ ਸੂਟਸ ਐਂਡ ਯੂ ਸਪੋਰਟਸ ਕਾਰਸ ਰੋਲੈਕਸ ਘੜੀ ਲੈ ਲਈ ਮਹਿੰਗੇ ਮਹਿੰਗੇ ਕੱਪੜੇ ਲੈ ਲਏ ਮਹਿੰਗੇ ਮਹਿੰਗੇ ਗੱਡੀਆਂ ਲੈ ਲਈ ਵਾਈ ਸ਼ੀ ਡਸ ਹਰ ਵਰਕ ਐਂਡ ਸ਼ੀ ਵਰਕਸ ਸੋ ਥਿਸ ਇਜ਼ ਮਾਈ ਮਨੀ ਤੀਵੀਂ ਆਪਣਾ ਕੰਮ ਕਰਦੀ ਕਹਿੰਦੀ ਇਹ ਮੇਰੇ ਪੈਸੇ ਆ ਰੋਂਗ ਗਲਤ ਇਟਸ ਨਾਟ ਮਾਈ ਮਨੀ ਮੇਰਾ ਪੈਸਾ ਨਹੀਂ ਐਂਡ ਯੋਰ ਮਨੀ ਤੇਰਾ ਪੈਸਾ ਨਹੀਂ ਐਨੀ ਮਨੀ ਵੀ ਅਰਨ ਇਜ਼ our money jehda paisa ji kamone saada paisa it is there not to you not to be selfish it's there to support the family swarthi na bano oh paisa hega and your children swarthi na oh paisa hega apne parivar di madad karnu bachyan de layi paisa hega and sure you can have occasional treats as well that's not I'm not saying you mustn't kade kade apne layi cheek khareed lo jo dil ki to farq gal hegi hai with your money paise de naal make sure your money is not wasted paisa make sure you tithe you give ਪ੍ਰਭੂ ਲਈ ਵੀ ਪੈਸਾ ਦਿਓ ਕੰਮ ਦੇ ਵਿੱਚੋਂ But all of your money is God's money. We have to be good stewards. ਤੁਹਾਡੇ ਸਾਰੇ ਪੈਸੇ don't waste it on toys. ਤੁਹਾਡੇ ਸਾਰੇ ਪੈਸੇ ਪ੍ਰਭੂ ਦੇ ਪੈਸੇ ਹੈਗੇ ਆ ਖਰਾਬ ਨਾ ਕਰੋ ਪੈਸਿਆਂ ਨੂੰ ਚੀਜ਼ਾਂ ਖਰੀਦ ਕੇ ਜਿਹੜੀ ਚਾਹੀਦੀਆਂ ਨਹੀਂ ਹੈਗੀਆਂ ਜਾਂ ਕੀਮਤ ਐਵੇਂ ਚੀਜ਼ਾਂ Okay. Priest, ਯਾਜਕ, prophet, ਨਬੀ, providers, ਜ਼ਰੂਰਤਾਂ ਪੂਰੀਆਂ ਕਰਨ ਵਾਲਾ and finally protectors. ਹਿਫਾਜ਼ਤ ਕਰਨ ਵਾਲਾ 1 Peter chapter 2 verse 3. ਪਹਿਲਾ ਪਤਰਸ says that the wife is the weaker vessel ਔਰ ਜਿਹੜੀ ਹੈਗੀ ਉਹ ਕਮਜ਼ੋਰ ਪਾਤਰ ਆ and that's generally true there are some women who are strong ਹਾਂ ਤਾਂ ਹੈਗੇ ਤੀਵੇਂ ਜਿਹੜੇ ਡਾਡੀਆਂ generally most men are stronger than women ਤੇ ਕਈ ਹੈਗੇ ਤੀਵੇਂ ਜਿਹੜੇ ਬਹੁਤ ਤਕੜੇ ਹੈਗੇ ਪਰ ਬੰਦੇ ਆਮ ਤੌਰ ਤੇ ਜ਼ਿਆਦਾ ਤਕੜੇ ਤੀਵੇਂ ਨਾਲ physically and maybe emotionally in some areas ਜਿਸਮਾਨੀ ਤੌਰ ਤੇ ਰੂਹਾਨੀ ਤੌਰ ਤੇ ਤਕੜੇ ਹੋਣ ਦੇ ਨਾਤੇ ਹੈਗੇ ਆ sisters don't fight against this ਪਹਿਨੋ ਇਸ ਗੱਲ ਦੇ ਨਾਲ ਲੜਾਈ ਨਾ ਕਰੋ ਜੰਗ ਨਾ ਕਰੋ it's a beautiful thing ਸੋਹਣੀ ਗੱਲ ਆ Let your husband be your protector. What are you complaining about? Apne pati nu apni hifazat karn do thon gal fikr a. Let him be your protector. Oh thani hifazat karn wala hove.
Every man is responsible. ਹਰੇਕ ਇਨਸਾਨ ਆਦਮੀ ਜ਼ਿੰਮੇਵਾਰ ਆ ਆਪਣੇ ਪਰਿਵਾਰ ਨੂੰ ਹਿਫਾਜ਼ਤ ਕਰਨ ਦਾ ਆਪਣੇ ਪਰਿਵਾਰ ਦੀ ਦਿਸ ਇਜ਼ ਨੈਚੁਰਲ ਦਿਸ ਇਜ਼ ਅ ਗੋਡ ਗਿਵਨ ਥਿੰਗ ਇਟ ਇਜ਼ ਪ੍ਰਭੂ ਦਾ ਡੀਐਨਏ ਇਹ ਪ੍ਰਭੂ ਦਾ ਦਿੱਤਾ ਹੋਇਆ ਹੈਗਾ ਇਹ ਸਾਡੇ ਖੂਨ ਦਾ ਛਗਾ ਦਿਸ ਇਜ਼ ਵਾਈ ਗੋਡ ਮੇਡ ਇਟ ਇਸ ਤਰ੍ਹਾਂ ਪ੍ਰਭੂ ਨੇ ਸਾਨੂੰ ਬਣਾਇਆ ਅਗੇਨ ਜੌਨ ਪਾਈਪਰ ਗਿਵਸ ਐਨ ਇਲਸਟ੍ਰੇਸ਼ਨ ਐਂਡ ਆਈ ਲਾਈਕ ਦਿਸ ਇਲਸਟ੍ਰੇਸ਼ਨ ਜੌਨ ਪਾਈਪਰ ਇੱਕ ਮਿਸਾਲ ਦਿੰਦਾ ਕਿ ਸੋਹਣੀ ਮਿਸਾਲ ਆ Just imagine there's a husband and a wife. Socho ek aadmi te miyan. They're sleeping. It's 4 o'clock in the morning. 4 baje ya sote paye ya. Suddenly there's a noise downstairs. Thale khadka hunda. The window rattles. Window khadka da. They think it's a thief. Pehle chor aa gaya. Will the man say to his wife? Ki banda kahuga timi nu? You go and check. Tu ja ke dekhta kaun aaya? 50-50. ਚਾ ਜੀ ਤੂੰ ਜਾ ਕੇ ਦੇਖ ਜੋ ਕਰ ਆਈ ਵੈਂਟ ਲਾਸਟ ਟਾਈਮ ਯੂ ਗੋ ਦਿਸ ਟਾਈਮ ਪਿਛਲੀ ਵਾਰ ਮੈਂ ਗਿਆ ਸੀ ਦੇਖਣ ਨੂੰ ਅੱਜ ਤੂੰ ਜਾ ਦੇਖਣ ਨੂੰ ਮੈਨ ਡੋਨਟ ਫੰਕਸ਼ਨ ਲਾਈਕ ਦੈਟ ਬੰਦੇ ਐਦਾਂ ਨਹੀਂ ਚੱਲਦੇ ਹੈਗੇ ਈਵਨ ਇਫ ਸ਼ੀ ਇਜ਼ ਅ ਬਲੈਕ ਬੈਲਟ ਇਨ ਕਰਾਟੀ ਤੀਵੀਂ ਭਾਵੇਂ ਜਿੰਨੀ ਮਰਜ਼ੀ ਡਾਢੀ ਹੋਵੇ ਤਕੜੀ ਹੋਵੇ ਕੋਈ ਕੋਟ ਮਾਰ ਕਰਨ ਵਾਲੀ ਹੋਵੇ ਐਂਡ ਹੀ ਇਜ਼ ਅ ਵਿੰਪ ਦੈਟ ਇਜ਼ ਨੈਵਰ ਗਾਟ ਇਨ ਟੂ ਅ ਫਾਈਟ ਰੋ ਵਿਚਾਰਾ ਕਮਜ਼ੋਰ ਹੋਵੇ ਜਿਹਨੇ ਕਦੇ ਥੱਪੜ ਵੀ ਨਾ ਖਾਧਾ ਹੋਵੇ He will feel that it's duty as a man and as a leader. ਉਹਦੀ ਮਰਦਾਨਗੀ ਬੋਲੂਗੇ ਕਿਉਂਕਿ ਮੈਂ ਬੰਦਾ ਹਾਂ ਮੈਂ ਜਾਣਾ ਦੇਖਣ ਨੂੰ. To go downstairs and see what's happening. ਕਿ ਮੈਂ ਜਾ ਕੇ ਦੇਖਾਂ ਥੱਲੇ ਆ ਕੇ ਮੈਂ ਕੋਟ ਖਾਵਾਂ. And then when the burglar flattens him, ਜਦੋਂ ਫਿਰ ਚੋਰ ਉਹਦੀ ਤਹਿ ਲਾਊਗਾ ਉਹਨੂੰ ਕੁੱਟੂ ਮਾਰੂਗਾ. Then the wife will finish the burglar off. ਫਿਰ ਤੀਵੀਂ ਆ ਕੇ ਉਹ ਫਿਰ ਬੰਦੇ ਨੂੰ ਠੀਕ ਕਰੂਗੀ. Men are to be protectors. ਬੰਦੇ ਹਿਫਾਜ਼ਤ ਕਰਨ ਵਾਲੇ ਹੋਣੇ ਚਾਹੀਦੇ ਆ। I'm not really talking here about physical fighting. ਇਹ ਨਹੀਂ ਕਿ ਮੁੱਕਾ ਲਾਤੇ ਹੋ ਗਈ ਆ। But you are to protect your family. ਪਰਿਵਾਰ ਦੀ ਹਿਫਾਜ਼ਤ ਕਰਨ ਵਾਲੇ ਬਣੋ। Watching something on television, it's not good. You are the man. You take the initiative. You switch it off. ਟੈਲੀਵਿਜ਼ਨ ਕੋ ਦੇਖਦੇ ਠੀਕ ਨਹੀਂ ਹੈਗਾ। ਤੁਸੀਂ ਬੰਦੇ ਆ, ਤੁਸੀਂ ਕਹੋ ਇਹ ਨਹੀਂ ਨਹੀਂ ਦੇਖਣਾ ਹੈਗਾ। But then bad influence is coming into the home. You protect your family. ਜੇ ਤੁਹਾਡੇ ਘਰ ਦੇ ਵਿੱਚ ਕੋਈ ਮਾੜਾ ਅਸਰ ਆ ਰਿਹਾ ਹੈਗਾ, ਤੁਹਾਡਾ ਕੰਮ ਹੈਗਾ ਉਸ ਅਸਰ ਨੂੰ ਹਟਾਉਣ ਦਾ। Requires strength and courage and Udhi, biblical conviction. ਉਹਦੇ ਲਈ ਹੌਸਲਾ ਚਾਹੀਦਾ, ਤਾਕਤ ਚਾਹੀਦੀ ਔਰ ਬਾਈਬਲ ਦੇ ਅਨੁਸਾਰ ਅਕਲ ਚਾਹੀਦੀ ਹੈ। Men we have to set the standards in our homes. ਬੰਦੇ ਆ ਜਿਹੜੇ ਘਰ ਦੇ ਵਿੱਚ ਤੌਰ ਤਰੀਕੇ ਪੈਦਾ ਕਰਦੇ ਆ। Men are called to be leaders. ਬੰਦਿਆਂ ਨੂੰ ਕਿਹਾ ਗਿਆ ਕਿ ਅਗਵੇ ਬਣੋ। To be humble. ਹਲੀਮ ਬਣੋ। Christ-like. ਪ੍ਰਭੂ ਵਰਗੇ ਬਣੋ। Leaders. ਅਗਵੇ ਬਣੋ। Who bear responsibility. ਜਿਹੜੇ ਜ਼ਿੰਮੇਵਾਰੀ ਲੈਂਦੇ ਹੈਗੇ ਹਰ ਚੀਜ਼ ਦੀ ਕਰਦੇ। For their wives and their children. ਤੀਵੀਆਂ ਦੀ ਬੱਚਿਆਂ ਦੀ ਵੀ। And that means being a priest, someone who leads in prayer. ਯਾਜਕ ਹੈਗਾ ਪ੍ਰਾਰਥਨਾ ਕਰਦਾ। Prophet, your whole life, your family is dictated by the word of God. ਨਬੀ ਹੈਗਾ ਹਰ ਸਾਡੀ ਸਾਰੀ ਜ਼ਿੰਦਗੀ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲਦੀ ਹੈ। To provide a roof for your family over their heads. ਤੁਸੀਂ ਆਪਣੇ ਪਰਿਵਾਰ ਦੇ ਲਈ ਜ਼ਰੂਰਤਾਂ ਪੂਰੀਆਂ ਕਰਦੇ ਆ, ਉਹਨਾਂ ਦੇ ਜ਼ਰੂਰਤਾਂ ਪੂਰੀਆਂ ਕਰਦੇ, ਘਰ ਦੇ ਲਈ, ਇਮਿਊਨਿਟੀ ਦੇ ਲਈ, ਪ੍ਰੋਟੈਕਟ ਯੂਰ ਫੈਮਿਲੀ ਫਰੋਮ ਹਾਰਮ ਔਰ ਆਪਣੇ ਪਰਿਵਾਰ ਦੀ ਹਿਫਾਜ਼ਤ ਕਰੋ ਬਾਹਰਲੀਆਂ ਗੱਲਾਂ ਤੋਂ। ਆਮੇਨ ਆਮੇਨ ਥੈਂਕ ਯੂ ਫॉर ਲਿਸਨਿੰਗ ਟੂ ਥਿਸ ਮੈਸੇਜ ਫॉर ਫਰਦਰ ਇਨਫੋਰਮੇਸ਼ਨ ਵਿਜ਼ਿਟ www.emmanuelhandsworth.org.uk